ਕਹੋ ਨਾਨਕ ਦੇਹ ਭਜਨ ਤੇ ਨਿਰਭੈ ਪਦ ਪਾਵੈ। ਵਾਹਿਗੁਰੂ ਜੀ ਝੂਠੈ ਮਾਨ ਕਹਾਂ ਕਰੈ ਜਗ ਸੁਪਨੇ ਜਿਉ ਜਾਨ ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ ਗਰਬ ਕਰਤ ਹੈ ਦੇਖੋ ਬਿਨਸੈ ਛਿਨ ਮੈਂ ਮੀਤ ਜਿਹ ਪ੍ਰਾਣੀ ਹਰ ਜਸ ਕਹਿਓ ਨਾਨਕ ਤੇ ਜਗ ਜੀਤ ਜਿਹ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਨ ਏਕ ਭਗਤ ਭਗਵਾਨ ਜਿਹ ਪ੍ਰਾਣੀ ਕਹਿ ਨਾਹੇ ਮਨ ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ ਸਵਾਮੀ ਕੋ ਗ੍ਰਿਹੁ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ ਸਵਾਮੀ ਕੋ ਗ੍ਰਿਹੁ ਜਿਉ ਸਦਾ ਸਵਾਨ ਤਜਤ ਨਹੀਂ ਨਿਤ ਨਾਨਕ ਇਹ ਬਿਦ ਹਰ ਭਜੋ ਇੱਕ ਮਨ ਹੋਏ ਇੱਕ ਚਿਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਕੀ ਸਾਜੀ ਨਵਾਜੀ ਗੁਰੂ ਰੂਪ ਸਾਧ ਸੰਗਤ ਜੀ ਗੁਰੂ ਕੀ ਪਵਿੱਤਰ ਪਾਵਨ ਹਜ਼ੂਰੀ ਵਿੱਚ ਵੀਕਐਂਡ ਦੇ ਦੀਵਾਨ ਸਜੇ ਹਨ। ਆਪ ਜੀ ਨੇ ਗੁਰੂ ਪਾਤਸ਼ਾਹ ਦੇ ਚਰਨਾਂ 'ਚ ਬੈਠ ਕੇ ਸਤਿਕਾਰਯੋਗ ਭਾਈ ਵਰਿਆਮ ਸਿੰਘ ਜੀ ਦੇ ਰਾਗੀ ਜਥੇ ਪਾਸੋਂ ਅੰਮ੍ਰਿਤਮਈ ਗੁਰੂ ਕੀ ਬਾਣੀ ਦੇ ਕੀਰਤਨ ਦਾ ਆਨੰਦ ਮਾਣਿਆ ਹੈ। ਉਪਰੰਤ ਸਤਿਕਾਰਯੋਗ ਗੁਰਮੁਖ ਪਿਆਰਿਆਂ ਨੇ ਪੰਥਕ ਵਰਤਮਾਨ ਜਿਹੜੇ ਸਾਡੇ ਹਾਲਾਤ ਚੱਲ ਰਹੇ ਨੇ ਉਹਨਾਂ ਹਾਲਾਤਾਂ ਉੱਤੇ ਵਿਚਾਰ ਕੀਤੀ ਹੈ ਔਰ ਸਾਨੂੰ ਇਸ ਵਿਚਾਰ ਤੋਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਤੋਂ ਜੋ ਸੇਧ ਮਿਲਦੀ ਹੈ ਕਿਉਂਕਿ ਸਾਡੇ ਜੀਵਨ ਦੇ ਹਰ ਪੱਖ ਵਿੱਚ ਗੁਰਬਾਣੀ ਸਾਡਾ ਮਾਰਗਦਰਸ਼ਨ ਕਰਦੀ ਹੈ। ਜੇ ਅਸੀਂ ਗੁਰਬਾਣੀ ਤੋਂ ਟੁੱਟ ਕੇ ਕੋਈ ਵਿਚਾਰ ਕਰੀਏ ਤਾਂ ਉਹ ਵਿਚਾਰ ਥੋੜ੍ਹਾ ਜਿਹਾ ਸਮਾਂ ਤਾਂ ਚੱਲਦੀ ਹੈ, ਲੰਮਾ ਸਮਾਂ ਉਸ ਵਿਚਾਰ ਦਾ ਅਸਰ ਨਹੀਂ ਹੁੰਦਾ। ਅੱਜ ਅਸੀਂ ਕਈ ਵਾਰ ਗੁਰਮਤ ਦੇ ਆਸ਼ੇ ਤੋਂ ਦੂਰ ਚਲੇ ਜਾਂਦੇ ਹਾਂ ਅਤੇ ਫਿਰ ਅਸੀਂ ਭੜਕ ਜਾਂਦੇ ਹਾਂ। ਜਦੋਂ ਅਸੀਂ ਗੁਰੂ ਮਹਾਰਾਜ ਦੀ ਬਾਣੀ ਅਨੁਸਾਰ ਸਤਿਗੁਰੂ ਦੀ ਸੇਧ ਲਈਏ ਅਤੇ ਗੁਰੂ ਸਾਹਿਬ ਸੱਚੇ ਪਾਤਸ਼ਾਹ ਸਾਡਾ ਮਾਰਗਦਰਸ਼ਨ ਕਰਨ, ਫਿਰ ਸਾਡੀ ਹਰ ਮੈਦਾਨ ਹਰ ਦੀਵਾਨ ਚੜ੍ਹਦੀ ਕਲਾ ਹੁੰਦੀ। ਭਾਈ ਸਾਹਿਬ ਭਾਈ ਜਗਤਾਰ ਸਿੰਘ ਜੀ ਤਾਰਾ ਜਿਨ੍ਹਾਂ ਨੂੰ ਹਕੂਮਤ ਨੇ ਉਹ ਸਜ਼ਾ ਸੁਣਾਈ ਹੈ ਜਿਹੜੀ ਕਿਸੇ ਗੈਰ ਸਿੱਖ ਨੂੰ ਅਜੇ ਤੱਕ ਨਹੀਂ ਸੁਣਾਈ ਗਈ ਜਾਂ ਉਹ ਸਜ਼ਾ ਉਹਨਾਂ ਦੇ ਲਈ ਕਿਸੇ ਤਰ੍ਹਾਂ ਵੀ ਵਾਜਬ ਕਰਾਰ ਨਹੀਂ ਦਿੱਤੀ ਜਾ ਸਕਦੀ, ਪਰ ਇੱਕ ਦਬਾਅ ਦੀ ਨੀਤੀ
ਵੀ ਜਿੱਥੇ ਵੀ ਦਾਅ ਲੱਗੇ ਦਵਾਲ ਉਹ ਹਰ ਤਰ੍ਹਾਂ ਦੇ ਨਾਲ ਮਾਨਸਿਕ ਤੌਰ 'ਤੇ, ਸਰੀਰਕ ਤੌਰ 'ਤੇ, ਸਮਾਜਿਕ ਤੌਰ 'ਤੇ, ਆਰਥਿਕ ਤੌਰ 'ਤੇ ਗੁਲਾਮ ਬਣਾ ਕੇ ਰੱਖੋ। ਇਹ ਜਿਹੜੀ ਦਮਨ ਨੀਤੀ ਹੈ ਇਹ ਸਮੇਂ ਸਮੇਂ ਸਰਕਾਰਾਂ ਕਰਦੀਆਂ ਰਹੀਆਂ। ਔਰੰਗਜ਼ੇਬ ਨੇ ਵੀ ਇਹੀ ਨੀਤੀ ਬਣਾਈ ਸੀ ਵੀ ਸਿਰਫ ਮੇਰਾ ਹੀ ਰਾਜ ਹੋਵੇ, ਮੇਰੀ ਗੱਲ ਮੰਨੀ ਜਾਵੇ, ਮੇਰਾ ਹੀ ਧਰਮ ਚੱਲੇ, ਮੇਰੀ ਈਨ ਮੰਨਣ। ਅਤੇ ਗਲਗੀਆਂ ਵਾਲੇ ਪਾਤਸ਼ਾਹ ਨੇ ਉਹਨੂੰ ਟੱਕਰ ਦਿੱਤੀ ਸੀ। ਅਤੇ ਖਾਲਸਾ ਵੀ ਇਸੇ ਕੰਮ ਲਈ ਸਾਜਿਆ ਸੀ ਵੀ ਜਿਹੜਾ ਜ਼ੁਲਮ ਦੇ ਖਿਲਾਫ ਜੂਝ ਜਾਵੇ। ਅਸੁਰ ਸੰਘਾਰ ਵੇਖੋ, ਸੰਕਟ ਨਿਵਾਰ ਵੇਖੋ, ਦੁਰਜਨ ਕੇ ਮਾਰ ਵੇਖੋ, ਖਾਲਸਾ ਬਣਾਇਓ ਹੈ। ਤੋ ਸਾਧ ਸੰਗਤ ਜੀ, ਅੱਜ ਜਿਹੜੀ ਸਾਡੀ ਲੋੜ ਹੈ, ਮਾਨ ਸਾਹਿਬ ਗੱਲ ਕਰ ਰਹੇ ਸਨ ਵੀ ਇਕੱਤਰਤਾਈ ਦੀ। ਪੁਰਾਣੇ ਸਮੇਂ ਸਾਡੇ 'ਚ ਉਦੋਂ ਵੀ ਮਤਭੇਦ ਹੁੰਦੇ ਸੀ, ਇਹ ਨਹੀਂ ਵੀ ਮਤਭੇਦ ਹੋਣੇ ਹੁੰਦੇ। ਜਦੋਂ ਦੀ ਦੁਨੀਆ ਬਣੀ ਹੈ, ਇੱਕ ਤਾਂ ਇਹ ਗੱਲ ਮੰਨ ਕੇ ਚੱਲੋ ਵੀ ਹਰ ਬੰਦੇ ਦੀ ਮਤ ਵੱਖਰੀ ਵੱਖਰੀ ਹੈ, ਅੱਜ ਦੀ ਨਹੀਂ ਪੁਰਾਤਨ ਸਮੇਂ ਤੋਂ। ਮਹਾਰਾਜ ਬਾਣੀ 'ਚ ਕਹਿੰਦੇ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਏ ਤੇਤੀ। ਪਰ ਸਾਡੇ ਪੰਥ ਵਿੱਚ ਜਦੋਂ ਵੀ ਮਤ ਭੇਦ ਹੁੰਦਾ ਸੀ, ਕੋਈ ਝਗੜਾ ਹੁੰਦਾ ਸੀ, ਤੇ ਸਿੰਘ ਗੁਰੂ ਗ੍ਰੰਥ ਸਾਹਿਬ ਦੀ ਜੁਰੀ 'ਚ ਬਹਿ ਕੇ ਉਸ ਮਸਲੇ ਨੂੰ ਸੋਲਵ ਕਰ ਲੈਂਦੇ ਸੀ। ਆਪਸ 'ਚ ਮਿਸਲਾਂ ਦਾ ਟਾਈਮ ਦੇਖ ਲਓ, ਆਪਸ 'ਚ ਬੜੀਆਂ ਲੜਾਈਆਂ ਹੋਈਆਂ ਸਾਡੀਆਂ, ਮਿਸਲਾਂ ਦੇ ਆਪਸ 'ਚ ਬੜੇ ਜੰਗ ਹੋਏ ਹੁੰਦੇ ਰਹੇ, ਰਾਜ ਪਿੱਛੇ, ਇਲਾਕੇ ਪਿੱਛੇ, ਹੱਦਬੰਦੀ ਪਿੱਛੇ ਹੋ ਜਾਂਦੇ ਸੀ। ਜਦੋਂ ਅਬਦਾਲੀ ਆਉਂਦਾ ਸੀ ਸਾਰੇ ਇਕੱਠੇ ਹੋ ਜਾਂਦੇ ਸੀ। ਜਦੋਂ ਅਬਦਾਲੀ ਆਉਂਦਾ ਸੀ, ਕਾਬਲ ਤੋਂ ਤੁਰਦਾ ਸੀ, ਇਹਨਾਂ ਨੂੰ ਪੈ ਜਾਂਦਾ ਸੀ ਵੀ ਹੁਣ ਆਪਾਂ ਉਹਦੇ ਨਾਲ ਟੱਕਰ ਲੈਣੀ, ਹੁਣ ਆਪਣੇ ਮਤਭੇਦ ਭੁਲਾ ਲਓ। ਪਰ ਅੱਜ ਅਸੀਂ ਇਹੋ ਜਿਹੇ ਮਤਭੇਦ ਖੜ੍ਹੇ ਕਰਦੇ, ਇਹੋ ਜਿਹੇ ਸ਼ੰਕੇ ਖੜ੍ਹੇ ਕਰ ਲਏ, ਇਹੋ ਜਿਹੀਆਂ ਗੱਲਾਂ ਖੜ੍ਹੀਆਂ ਕਰ ਲਈਆਂ ਕਿ ਸਾਡੇ ਅੰਦਰ ਇੱਕ ਦੂਜੀ ਪ੍ਰਤੀ ਨਫ਼ਰਤ, ਈਰਖਾ, ਦੁਵੈਸ ਸਾਡੀਆਂ ਅੱਖਾਂ 'ਚ ਝਲਕਦੀ ਹੈ। ਜਦੋਂ ਮਹਾਰਾਜ ਦਾ ਹੁਕਮ ਹੈ ਕਿ ਜੇ ਕੋਈ ਸਵੇਰੇ ਜਾਂ ਦਿਨੇ ਦੁਪਹਿਰੀ ਸਿੰਘਾਂ ਵਿੱਚ ਆਪਸੀ ਮਤਭੇਦ ਹੋ ਜਾਵੇ, ਝਗੜਾ ਹੋ ਜਾਵੇ, ਬੋਲ ਬੁਕਾਰਾ ਹੋ ਜਾਵੇ, ਰੁਸਰ ਸੇਵਾ ਹੋ ਜਾਵੇ, ਤੇ ਸ਼ਾਮ ਨੂੰ ਰਹਿ ਰਾਸ ਤੋਂ ਪਹਿਲਾਂ ਅਰਦਾਸ ਕਰਾ ਲਵੇ ਇਕੱਠੇ ਹੋ ਕੇ। ਪੁਰਾਤਨ ਪੰਥ ਵਿੱਚ ਇਹ ਮਰਿਆਦਾ ਸੀ ਵੀ ਜੇ ਕਿਤੇ ਆਪਸ ਹੋ ਜਾਂਦਾ ਸੀ, ਰਹਿਤਨਾਮਿਆਂ 'ਚ ਲਿਖਿਆ ਹੋਇਆ ਹੈ ਵੀ ਰਹਿਤ ਰਾਸ ਤੋਂ ਪਹਿਲੇ ਇਕੱਠੇ ਹੋ ਕੇ ਭੁੱਲ ਬਖਸ਼ਾ ਲਓ। ਕੀ ਪਤਾ ਕੱਲ੍ਹ ਦਾ ਦਿਨ ਆਉਣਾ ਕਿ ਨਹੀਂ ਆਉਣਾ, ਆਪਾਂ ਕਹੀਏ ਨਾ ਵੀ ਕੱਲ੍ਹ ਨੂੰ ਪਰਸੋਂ ਨੂੰ ਕੱਲ੍ਹ ਕਿਹਨੇ ਵੇਖੀ ਹੈ। ਅੱਜ ਆਪਣੇ ਕੋਲ ਜਿਹੜਾ ਸਮਾਂ ਹੈ ਹੁਣੇ ਹੀ, ਇਹੋ ਜਿਹੇ ਸਿੰਘ ਗੁਰੂ ਦੀ ਮਤ ਅਨੁਸਾਰ ਹੀ ਸੋਚ ਸਕਦੇ ਹੈ, ਜਿਹੜੇ ਮਨ ਮਤ ਅਨੁਸਾਰ ਸੋਚਦੇ ਕਦੇ ਨਹੀਂ ਸੋਚ ਸਕਦੇ। ਸੋ ਆਪਣੇ ਵਖਰੇਵਿਆਂ ਨੂੰ, ਆਪਣੇ ਮਤ ਭੇਦਾਂ ਨੂੰ ਕੌਣ ਛੱਡ ਸਕਦਾ ਜਿਹੜਾ ਆਪਣੀ ਈਗੋ ਛੱਡੇਗਾ, ਆਪਣਾ ਹੰਕਾਰ ਛੱਡੇਗਾ, ਆਪਣੀ ਜਿੱਦ ਛੱਡੇਗਾ, ਜਿਹੜਾ ਕਹਿੰਦਾ ਮੈਂ ਠੀਕ ਹਾਂ ਬਾਕੀ ਸਾਰੇ ਗਲਤ ਨੇ, ਉਹ ਕਦੀ ਇਕੱਤਰਤਾ ਹੀ ਨਹੀਂ ਕਰ ਸਕਦਾ, ਕਦੀ ਨਹੀਂ ਇਕੱਠਾ ਹੋ ਸਕਦਾ, ਕਦੀ ਨਹੀਂ ਹੋ ਸਕਦਾ। ਪੁਰਾਤਨ ਸਮੇਂ 'ਚ ਸਿੰਘ ਜੇ ਆਪਣੀ ਗਲਤੀ ਨਹੀਂ ਵੀ ਸੀ ਹੁੰਦੀ, ਪੰਥਕ ਏਕਤਾ ਲਈ ਉਹ ਵੀ ਕਹਿ ਜਾਂਦੇ ਸੀ ਵੀ ਚਲੋ ਮੇਰੇ ਤੋਂ ਗਲਤੀ ਹੋ, ਪੰਥ ਇਕੱਠਾ ਹੋ ਜਾਏ। ਪਰ ਅੱਜ ਗਲਤੀ ਕਰਕੇ ਵੀ ਕਹਿੰਦੇ ਨਾ ਮੈਂ ਠੀਕ ਹਾਂ ਬਾਕੀ ਸਭ ਐਵੇਂ। ਸੋ ਇਹ ਚੀਜ਼ਾਂ ਆਪਣੇ ਵਿੱਚੋਂ ਕੱਢ ਕੇ ਹੀ ਖਾਲਸੇ ਦਾ ਬੋਲਬਾਲਾ ਹੋ ਸਕਦਾ। ਪਿਆਰਿਓ, ਆਪਾਂ ਅੱਜ ਸਤਿਗੁਰੂ ਸੱਤਵੇਂ ਪਾਤਸ਼ਾਹ ਮਹਾਰਾਜ ਗੁਰੂ ਹਰਿਰਾਜ ਸਾਹਿਬ ਜੀ ਦਾ ਗੁਰਤਾ ਗੱਦੀ ਦਿਵਸ ਮਨਾ ਰਹੇ ਹਾਂ।
ਗੁਰੂ ਨਾਨਕ ਦੀ ਗੱਦੀ ਤੇ 17 ਸਾਲ ਰਹਿ ਕੇ ਸੱਚੇ ਪਾਤਸ਼ਾਹ ਨੇ ਬੇਅੰਤ ਬੇਅੰਤ ਜੀਵਾਂ ਦਾ ਉਧਾਰ ਕੀਤਾ। ਔਰੰਗਜ਼ੇਬ ਦੇ ਨਾਲ ਜਿਹੜੀ ਸਾਡੀ ਟੱਕਰ ਰਹੀ ਹੈ ਚਾਰ ਪਾਤਸ਼ਾਹੀਆਂ ਦੇ ਸਮੇਂ ਦੇ, ਚਾਰ ਪਾਤਸ਼ਾਹੀਆਂ ਔਰੰਗਜ਼ੇਬ ਦੇ ਸਮੇਂ ਹੋਈਆਂ। ਸੱਤਵੇਂ ਪਾਤਸ਼ਾਹ ਉਹਨਾਂ ਦੇ ਸਮੇਂ ਔਰੰਗਜ਼ੇਬ ਪਾਤਸ਼ਾਹ ਬਣਿਆ ਸੀ, ਫਿਰ ਅੱਠਵੇਂ ਪਾਤਸ਼ਾਹ, ਨੌਵੇਂ ਪਾਤਸ਼ਾਹ ਅਤੇ ਦਸਵੇਂ ਪਾਤਸ਼ਾਹ। ਇਹਦੀ ਸਾਰੀ ਸ਼ੁਰੂਆਤ ਗੁਰੂ ਸੱਤਵੇਂ ਪਾਤਸ਼ਾਹ ਦੇ ਸਮੇਂ ਹੋਈ ਸੀ। ਰਾਜ ਸੀ ਪੁੱਥਲ ਪੁੱਥਲ ਹੋਈ ਸੀ, ਉਹਦੇ ਵਿੱਚ ਮਹਾਰਾਜ ਸਾਹਿਬ ਸ੍ਰੀ ਗੁਰੂ ਹਰਿਰਾਇ ਸਾਹਿਬ ਜੀ ਨੇ ਬੜੀ ਦ੍ਰਿੜਤਾ ਨਾਲ ਸੱਚ ਦਾ ਸਾਥ ਦਿੱਤਾ ਸੀ। ਇਸੇ ਕਰਕੇ ਆਉਣ ਵਾਲੇ ਸਮੇਂ 'ਚ ਬੜੇ ਉਪਦਰਵ ਹੋਏ ਸਨ। ਤੋ ਐਸੇ ਸਤਿਗੁਰੂ ਦੀਨ ਦਿਆਲ ਜੀ ਆਪਣੇ ਸਿੱਖਾਂ ਦੇ ਪ੍ਰੇਮ ਭਾਵਨਾ ਸ਼ਰਧਾ ਨੂੰ ਪਰਖਣ ਵਾਲੇ ਸਤਿਗੁਰੂ ਜੀ। ਇਤਿਹਾਸ ਵਿੱਚ ਜ਼ਿਕਰ ਆਉਂਦਾ ਸ੍ਰੀ ਕੀਰਤਪੁਰ ਸਾਹਿਬ ਵਿੱਚ ਇੱਕ ਬਿਰਧ ਮਾਤਾ, ਬਹੁਤ ਗਰੀਬ, ਇੰਨੀ ਗਰੀਬੀ ਸੀ ਵੀ ਇੱਕ ਟਾਈਮ ਰੋਟੀ ਖਾਂਦੀ ਇੱਕ ਟਾਈਮ ਪਾਣੀ ਪੀ ਕੇ ਗੁਜ਼ਾਰਾ ਕਰਨ ਵਾਲੀ, ਬਾਹਲੀ ਗਰੀਬ, ਲੋਕਾਂ ਦੇ ਘਰਾਂ ਵਿੱਚ ਕੰਮ ਕਾਰ ਕਰਕੇ ਭਾਂਡੇ ਮਾਂਜ ਕੇ ਉਹ ਗੁਜ਼ਾਰਾ ਕਰਦੀ ਸੀ। ਪਰ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਲਈ ਦੋ ਟਾਈਮ ਦੀਵਾਨ 'ਚ ਜਾਂਦੀ ਸੀ, ਕਥਾ ਸੁਣਦੀ ਸੀ, ਕੀਰਤਨ ਸੁਣਦੀ ਸੀ। ਇੱਕ ਦਿਨ ਮਨ ਵਿੱਚ ਫੁਰਨਾ ਆਇਆ ਵੀ ਮੈਂ ਗੁਰੂ ਮਹਾਰਾਜ ਸੱਤਵੇਂ ਪਾਤਸ਼ਾਹ ਜੀ ਨੂੰ ਪ੍ਰਸ਼ਾਦਾ ਛਕਾਵਾਂ। ਸੰਗਤਾਂ ਇਹਦੀ ਸੇਵਾ ਕਰਦੀਆਂ ਨੇ, ਕੋਈ ਵਸਤਰ ਲੈ ਕੇ ਆਉਂਦਾ, ਕੋਈ ਸ਼ਸਤਰ ਲੈ ਕੇ ਆਉਂਦਾ, ਕੋਈ ਘੋੜਾ ਭੇਟਾ ਕਰਦਾ, ਕੋਈ ਮਾਇਆ ਭੇਟਾ ਕਰਦਾ, ਕੋਈ ਲੰਗਰ ਵਿੱਚ ਰਸਤਾ ਪਸਤਾ ਲਿਆ ਕੇ ਗੁਰੂ ਕੇ ਸੰਗਤ ਵਾਸਤੇ ਲੰਗਰ ਵਿੱਚ ਹਿੱਸਾ ਪਾਉਂਦਾ। ਮੈਂ ਗਰੀਬਣੀ, ਮੈਂ ਦੋ ਪ੍ਰਸ਼ਾਦੇ ਛਕਾ ਲਿਆ। ਕਈ ਦਿਨ ਸੋਚਦੀ ਨਹੀਂ, ਇੱਕ ਦਿਨ ਉਸ ਮਾਤਾ ਨੇ ਉਦਮ ਕੀਤਾ, ਕਿਤੋਂ ਜ਼ਿਆਦਾ ਕੰਮ ਕੀਤਾ, ਮਿਹਨਤ ਜ਼ਿਆਦਾ ਕੀਤੀ ਅਤੇ ਦੋ ਪ੍ਰਸ਼ਾਦਿਆਂ ਦਾ ਆਟਾ ਜੁੜਿਆ। ਡਬਲ ਕੰਮ ਕਰਕੇ ਵੀ ਆਪਣੇ ਪ੍ਰਸ਼ਾਦੇ ਤੋਂ ਇਲਾਵਾ ਦੋ ਪ੍ਰਸ਼ਾਦਿਆਂ ਦਾ ਆਟਾ ਜੁੜਿਆ। ਥੋੜ੍ਹਾ ਜਿਹਾ ਘਿਓ ਮੱਖਣ ਕਿਤੋਂ ਲਿਆਂਦਾ, ਦਾਲ ਸਬਜ਼ੀ ਨਹੀਂ ਜੁੜੀ। ਸਾਧ ਸੰਗਤ ਜੀ, ਅੱਜ ਸਾਨੂੰ ਸ਼ੁਕਰਾਨਾ ਕਰਨਾ ਚਾਹੀਦਾ ਵੀ ਗੁਰੂ ਨੇ ਸਾਨੂੰ ਕੋਈ ਕਮੀ ਨਹੀਂ ਛੱਡੀ ਖਾਣ ਪੀਣ ਦੀ, ਪਰ ਅਸੀਂ ਭੁੱਲ ਜਾਂਦੇ ਹਾਂ ਉਹਨਾਂ ਲੋਕਾਂ ਨੂੰ ਜਿਹੜਾ ਉਹਨੇ ਮਹਾਰਾਜ ਸੱਚੇ ਪਾਤਸ਼ਾਹ ਨੇ ਸਾਡੇ ਤੋਂ ਥੋੜ੍ਹਾ ਜਿਹਾ ਨਾਰਮਲ ਰੱਖਿਆ ਹੋਇਆ। ਬੜੇ ਕਠਿਨ ਜੀਵਨ ਲੋਕ ਗੁਜ਼ਾਰਦੇ ਨੇ, ਕਈਆਂ ਨੂੰ ਕਈ ਕਈ ਮਹੀਨੇ ਹੋ ਜਾਂਦੇ ਨੇ ਦਾਲ ਨਹੀਂ ਵੇਖੀ, ਰੋਟੀ ਸੁੱਕੀ ਲੂਣ ਨਾਲ ਵੀ ਖਾਂਦੇ ਨੇ। ਪਰ ਇਹ ਪਰਮਾਤਮਾ ਦੀ ਖੇਡ ਆ। ਮਹਾਰਾਜ ਦੇ ਬਚਨ ਨੇ ਬਾਣੀ ਵਿੱਚ ਵੀ ਇੱਕ ਦੇ ਖਾਏ ਨਿਖੁੱਟੇ ਨਾ ਹੀ, ਇੱਕਨਾਂ ਨੂੰ ਖਾਂਦਿਆਂ ਨਿਖੁੱਟਦਾ ਹੀ ਨਹੀਂ ਅਤੇ ਇੱਕਨਾਂ ਨੂੰ ਮਹਾਰਾਜ ਰੁੱਖੀ ਰੋਟੀ ਦਿੰਦਾ। ਇਹ ਉਹਦੀ ਖੇਡ ਹੈ, ਕਰਮਾਂ ਦਾ ਵੀ ਹੈ, ਉਹਦੀ ਉਹਦੇ ਭਾਣੇ ਦੀ ਖੇਡ ਹੈ। ਕਹਿਣ ਲੱਗੇ ਮਾਤਾ ਦੋ ਪ੍ਰਸ਼ਾਦੇ ਚੋਪੜ ਕੇ ਬਣਾ ਸਕੀ, ਸਿਰਫ ਦੋ ਪ੍ਰਸ਼ਾਦੇ, ਦਾਲ ਸਬਜ਼ੀ ਨਹੀਂ। ਜਿਵੇਂ ਆਪਾਂ ਲੂਣ ਵਾਲੇ ਪਰੌਂਠੇ ਬਣਾ ਲੈਂਦੇ, ਥੋੜ੍ਹਾ ਜਿਹਾ ਲੂਣ ਪਾ ਲਿਆ ਅਤੇ ਦੋ ਪਰੌਂਠੀਆਂ ਉਹਨੇ ਤਿਆਰ ਕੀਤੀਆਂ, ਕੱਪੜੇ 'ਚ ਲਪੇਟ ਲਈਆਂ ਅਤੇ ਚੱਲ ਪਈ ਗੁਰੂ ਮਹਾਰਾਜ ਨੂੰ ਛਕਾਵਾਂਗੀ। ਉਧਰੋਂ ਭਾਣਾ ਮਹਾਰਾਜ ਦਾ ਐਸਾ ਵੀ ਗੁਰੂ ਹਰਿਰਾਇ ਸਾਹਿਬ ਜੀ ਆਪਣੇ 2200 ਘੋੜ ਸਵਾਰਾਂ ਨੂੰ ਲੈ ਕੇ ਰੋਜ਼ ਸ਼ਿਕਾਰ ਖੇਡਣ ਜਾਂਦੇ ਸਨ। ਘੋੜਿਆਂ 'ਤੇ ਸਵਾਰ ਹੋ ਕੇ ਸਤਿਗੁਰੂ ਸ਼ਿਕਾਰ ਨੂੰ ਚੜ੍ਹ ਪਏ। ਜਿਹੜੇ ਬਾਜ਼ਾਰ 'ਚ ਮਹਾਰਾਜ ਆ ਰਹੇ ਨੇ, ਮਾਈ ਉਸੇ ਬਾਜ਼ਾਰ 'ਚ ਜਾ ਰਹੀ ਹੈ। ਅੱਗੇ ਵੇਖਿਆ ਗੁਰੂ ਸਾਹਿਬ ਫੌਜਾਂ ਸਮੇਤ ਘੋੜਿਆਂ 'ਤੇ, ਇੰਨੀ ਫੌਜ ਹੈ
ਇੰਨੀ ਸੰਗਤ ਹੈ, ਇੰਨੇ ਨਿਸ਼ਾਨ ਨੇ, ਇੰਨੇ ਨਗਾਰੇ ਨੇ, ਰਾਜਿਆਂ ਬਾਦਸ਼ਾਹਾਂ ਵਾਲਾ ਠਾਠ ਹੈ ਅਤੇ ਗੁਰੂ ਸਾਹਿਬ ਜਾ ਰਹੇ ਨੇ। ਇਹ ਕਿਹੜਾ ਟਾਈਮ, ਮਹਾਰਾਜ ਨੇ ਮੇਰੇ ਤੋਂ ਪ੍ਰਸ਼ਾਦਾ ਨਹੀਂ ਛਕਣਾ, ਮੇਰੇ ਕਰਮਾਂ 'ਚ ਸੇਵਾ ਕੋਈ ਨਹੀਂ। ਨਿਰਾਸ਼ ਹੋ ਗਈ, ਗਲੀ ਦੇ ਇੱਕ ਖੁੰਜੇ ਵਿੱਚ ਉਸੇ ਪਾਸੇ ਸਾਈਡ 'ਤੇ ਖੜ ਗਈ ਵੀ ਮੇਰੇ ਕਰਮ ਗਰੀਬਣੀ ਦੇ ਕਿੱਥੇ ਨੇ, ਗੁਰੂ ਸਾਹਿਬ ਤਾਂ ਚੱਲੇ ਨੇ, ਇਹਨਾਂ ਨੇ ਹੁਣ ਕਿੱਥੇ ਪ੍ਰਸ਼ਾਦਾ ਛਕਣਾ। ਘੋੜੇ 'ਤੇ ਚੜ੍ਹੇ ਸੱਤਵੇਂ ਪਾਤਸ਼ਾਹ ਮਹਾਰਾਜ, ਲਗਾਤਾਰ ਤੇਜ਼ ਤੇਜ਼ ਤੁਰਦੇ ਆ ਰਹੇ ਨੇ ਘੋੜੇ, ਤਗੜ ਤਗੜ ਕਰਦੇ। ਜਦੋਂ ਮਾਈ ਦੇ ਕੋਲ ਪਹੁੰਚੇ, ਇੱਕਦਮ ਘੋੜਾ ਰੋਕ ਲਿਆ। ਘੋੜਾ ਰੋਕ ਕੇ ਸੱਚੇ ਪਾਤਸ਼ਾਹ ਮਾਈ ਵੱਲ ਮੂੰਹ ਕਰਕੇ ਘੋੜਾ ਮੋੜ ਕੇ ਕੋਲ ਚਲੇ ਗਏ। ਭਾਈ ਸਾਹਿਬ ਸੰਤੋਖ ਸਿੰਘ ਜੀ ਕਵੀਰਾਜ ਬੜੇ ਸੁੰਦਰ ਛੰਦਾਂ 'ਚ ਲਿਖਦੇ ਨੇ, ਫਿਰ ਤੁਰੰਗ ਨਿਕਟ ਤੇ ਸਗਮ ਨੇ ਅੰਤਰ ਜਾਮੀ ਕਰਿਓ ਉਚਾਰ। ਤੁਰੰਗ ਕਹਿੰਦੇ ਨੇ ਘੋੜੇ ਘੋੜਾ ਫੇਰ ਕੇ ਨਿਕਟ ਤੇ ਸਗਮ ਨੇ ਮਾਈ ਦੇ ਨਿਕਟ ਚਲੇ ਗਏ। ਅੰਤਰ ਜਾਮੀ ਕਰਿਓ ਉਚਾਰ, ਅੰਤਰ ਜਾਮੀ ਪਾਤਸ਼ਾਹ ਬੋਲੇ, ਹਮਕੋ ਛੁਦਾ ਲਗੀ ਦਿਓ ਮਾਈ ਤਿਆਰ ਹਰ ਜੋ ਤੈਂ ਕਰ ਤਾਰ। ਮਾਤਾ ਸਾਨੂੰ ਭੁੱਖ ਲੱਗੀ, ਜਿਹੜੇ ਤੇਰੇ ਹੱਥ ਦੋ ਪ੍ਰਸ਼ਾਦੇ ਨੇ ਸਾਨੂੰ ਤੇਰੇ ਛਕ ਲਈਏ। ਮਾਈ ਸਿਰ ਤੋਂ ਲੈ ਕੇ ਪੈਰਾਂ ਤੱਕ ਸ਼ੁਕਰਾਨੇ ਨਾਲ ਭਰ ਗਈ ਅਤੇ ਕੰਬਦੇ ਹੱਥਾਂ ਨਾਲ ਗਰੀਬਣੀ ਨੇ ਸਤਿਗੁਰੂ ਨੂੰ ਦੋ ਪ੍ਰਸ਼ਾਦੇ ਫੜਾਏ। ਘੋੜੇ ਦੇ ਉੱਤੇ ਬੈਠੇ ਹੋਏ ਉਸੇ ਤਰ੍ਹਾਂ ਬਿਨਾਂ ਹੱਥ ਧੋਂਦਿਆਂ ਹੀ, ਹੱਥ ਵੀ ਨਹੀਂ ਧੋਏ, ਅਤੇ ਪ੍ਰਸ਼ਾਦੇ ਲੈ ਕੇ ਬੜੇ ਸਵਾਦ ਨਾਲ ਮਹਾਰਾਜ ਸੱਤਵੇਂ ਪਾਤਸ਼ਾਹ ਛਕਣ ਲੱਗ ਪਏ। ਪ੍ਰਸ਼ਾਦਾ ਛਕੀ ਜਾਂਦੇ ਤਾਂ ਕਹਿੰਦੇ, ਮਾਤਾ ਬੜਾ ਸਵਾਦ ਬਣਾਇਆ ਲੰਗਰ, ਬੜੇ ਵਧੀਆ ਬਣਾਏ ਪ੍ਰਸ਼ਾਦੇ ਤੂੰ ਤਾਂ। ਮਾਈ ਬੜੀ ਖੁਸ਼ ਹੋ ਰਹੀ ਹੈ, ਮਾਈ ਤੇ ਮਿਹਰ ਦੀ ਨਿਗਾਹ ਕਰਕੇ ਪਾਤਸ਼ਾਹ ਸ਼ਹਿਰ ਸਰਕਾਰ ਨੂੰ ਚਲੇ ਗਏ। ਸਿੰਘ ਨਾਲ 2200 ਘੋੜ ਸਵਾਰ ਉਹ ਵੀ ਚਲੇ ਗਏ, ਵਾਪਸ ਆਏ। ਸਿੱਖਾਂ ਦੇ ਮਨ 'ਚ ਇੱਕ ਸ਼ੰਕਾ ਆ ਗਿਆ, ਸ਼ੰਕਾ ਇਹ ਆਇਆ ਕਿਉਂਕਿ ਇਨਸਾਨ ਤਾਂ, ਮੈਂ ਪਹਿਲਾਂ ਬੇਨਤੀ ਕੀਤੀ, ਜਿੰਨੇ ਬੰਦੇ ਨੇ ਦੁਨੀਆਂ 'ਤੇ ਓਨੇ ਹੀ ਦਿਮਾਗ ਨੇ, ਓਨੇ ਹੀ ਸੋਚਾਂ ਨੇ। ਸਾਰੀ ਦੁਨੀਆਂ ਦੀ ਸੋਚ ਨੂੰ ਆਪਾਂ ਇੱਕੋ ਜਿਹਾ ਨਹੀਂ ਬਣਾ ਸਕਦੇ, ਆਪਣੇ ਪਰਿਵਾਰ ਦੇ ਚਾਰ ਜੀ ਹੁੰਦੇ ਨੇ, ਉਹਨਾਂ ਦੀ ਸੋਚ ਨਹੀਂ ਰਲਦੀ, ਸਾਰੀ ਦੁਨੀਆਂ ਦੀ ਤਾਂ ਕਿਆ ਰਲਾਵਾਂਗੇ। ਕੁਝ ਸਿੱਖ ਇਹੋ ਜਿਹੇ ਵੀ ਸਨ ਜਿਨ੍ਹਾਂ ਦੇ ਦਿਮਾਗ 'ਚ ਇਹ ਗੱਲ ਆ ਗਈ ਵੀ ਸੱਚੇ ਪਾਤਸ਼ਾਹ ਦੀ ਉਮਰ ਜਵਾਨੀ ਨਹੀਂ ਹੈ, ਜਵਾਨੀ ਦੀ ਉਮਰ 'ਚ ਭੁੱਖ ਬੜੀ ਲੱਗਦੀ, ਮੈਂ ਤਾਂ ਜ਼ਿਆਦਾ ਕੰਮ ਕਰਦਾ, ਜਵਾਨੀ 'ਚ ਭੁੱਖ ਜ਼ਿਆਦਾ ਲੱਗਦੀ। ਫਿਰ ਘੋੜੇ 'ਤੇ ਚੜ੍ਹਨ ਵਾਲੇ ਨੂੰ ਦੁੱਗਣੀ ਭੁੱਖ ਲੱਗਦੀ, ਇਹ ਤੁਸੀਂ ਤਜਰਬਾ ਕਰ ਲਓ। ਆਮ ਆਦਮੀ ਨਾਰਮਲ ਜਿਹੜਾ ਬੈਠਾ ਰਹਿੰਦਾ ਕੁਰਸੀ 'ਤੇ, ਉਹਨੂੰ ਭੁੱਖ ਅੱਧੀ ਲੱਗਦੀ, ਜੇ ਕੋਈ ਘੋੜੇ 'ਤੇ ਚੜ੍ਹੇ ਉਹਨੂੰ ਦੁੱਗਣੀ ਲੱਗਦੀ। ਬੜਾ ਫਰਕ ਹੈ ਕਿਉਂਕਿ ਉਹ ਸਰੀਰ ਬੜੇ ਛੇਤੀ ਹਜ਼ਮ ਕਰਦਾ। ਮਹਾਰਾਜ ਘੋੜੇ 'ਤੇ ਚੜ੍ਹਦੇ ਨੇ, ਇਹਨਾਂ ਨੂੰ ਭੁੱਖ ਲੱਗ ਜਾਂਦੀ, ਇਹ ਕਿਹਨਾਂ ਦੀ ਉਮਰ ਜਵਾਨ ਹੈ ਸਤਿਗੁਰਾਂ ਦੀ, ਇਹ ਕਿਹਨਾਂ ਨੂੰ ਘੋੜੇ ਕਰਕੇ ਭੁੱਖ ਲੱਗਦੀ ਹੈ। ਅਤੇ ਗੁਰੂ ਸਾਹਿਬ ਅੱਜ ਦੇਖੋ, ਸਾਡੇ ਹੁੰਦਿਆਂ ਸੁਣਦਿਆਂ ਸਾਡੇ ਗੁਰੂ ਨੂੰ ਇੱਕ ਬੁੱਢੜੀ ਮਾਈ ਕੋਲ ਰੋਟੀਆਂ ਮੰਗ ਕੇ ਖਾਣੀਆਂ ਪਈਆਂ। ਦਿਮਾਗ ਦਾ ਕੋਈ ਪਤਾ ਕਿੱਧਰ ਨੂੰ ਘੁੰਮ ਜਾਵੇ, ਸਿੱਖਾਂ ਦਾ ਘੁੰਮ ਗਿਆ, ਕਹਿੰਦੇ ਅਸੀਂ ਗੁਰੂ ਨੂੰ ਰੋਟੀਆਂ ਮੰਗ ਕੇ ਖਾਣੀਆਂ ਪਈਆਂ ਸਾਡੇ ਹੁੰਦਿਆਂ, ਹੈ ਇਹ ਨਹੀਂ ਹੋ ਸਕਦਾ। ਕੱਲ੍ਹ ਨੂੰ ਆਪਾਂ ਪ੍ਰਸ਼ਾਦਾ ਨਾਲ ਲੈ ਕੇ ਚੱਲਿਆ ਕਰੀਏ, ਮਹਾਰਾਜ ਨੂੰ ਉੱਥੇ ਪ੍ਰਸ਼ਾਦਾ ਛਕਾਇਆ ਕਰੀਏ ਘੋੜੇ 'ਤੇ।
ਉਹਨਾਂ ਸਿੱਖਾਂ ਨੇ ਵਧੀਆ ਵਧੀਆ ਸਬਜ਼ੀਆਂ ਦਾਲਾਂ ਬਣਾਈਆਂ, ਵਧੀਆ ਵਧੀਆ ਪਕਵਾਨ ਬਣਾਏ, ਪ੍ਰਸ਼ਾਦੇ ਬਣਾਏ, ਗੜਵੇ ਨਾਲ ਜਲ ਦੇ ਭਰ ਲਏ, ਤੌਲੀਏ ਲੈ ਲਏ ਨਾਲ, ਪੂਰਾ ਸਾਜੋ ਸਮਾਨ ਮਹਾਰਾਜ ਸ਼ਿਕਾਰ ਨੂੰ ਚੜ੍ਹੇ ਨਾਲ ਲੈ ਕੇ ਤੁਰ ਪਏ। ਜਦੋਂ ਸਤਿਗੁਰੂ ਜੀ ਥੋੜ੍ਹਾ ਜਿਹਾ ਬਾਹਰ ਗਏ ਤਾਂ ਮਹਾਰਾਜ ਦਾ ਘੋੜਾ ਘੇਰ ਕੇ ਕਹਿੰਦੇ ਮਹਾਰਾਜ ਲੰਗਰ ਛਕ ਨੂੰ ਲਓ, ਮਹਾਰਾਜ ਹੱਥ ਧੋ ਲਓ, ਮਹਾਰਾਜ ਜੀ ਤੌਲੀਆ। ਉਹ ਸਾਰੇ ਆਲੇ ਦੁਆਲੇ ਘੇਰ ਕੇ ਮਹਾਰਾਜ ਹੈਰਾਨ ਹੋ ਕੇ ਦੇਖਦੇ ਉਹਨਾਂ ਵੱਲ ਵੀ ਇਹਨਾਂ ਨੂੰ ਕੀ ਹੋ ਗਿਆ, ਚੰਗੇ ਭਲੇ ਅੱਜ ਇਹਨਾਂ ਨੂੰ ਕੀ ਹੋਇਆ। ਮੇਰੇ ਪਾਤਸ਼ਾਹ ਜੋ ਬਚਨ ਬੋਲੇ ਕਵੀਰਾਜ ਭਾਈ ਸੰਤੋਖ ਸਿੰਘ ਨੇ ਬੜੇ ਸੋਹਣੇ ਲਿਖੇ, ਸੁਣ ਸਤ ਗੁਰ ਹਰ ਖਾਏ ਬਖਾਨਿਓ ਬੇਮਰ ਯਾਦ ਅਹਾਰ ਤਿਆਰ ਚੜੇ ਜਾਤ ਅਬ ਘੋੜੇ ਉੱਪਰ ਕੌਣ ਸਮੋ ਤੁਮ ਕਰਿਓ ਵਿਚਾਰ। ਮਹਾਰਾਜ ਕੇ ਹੱਸ ਪਏ, ਕਹਿੰਦੇ ਉਸ ਕਮਲੇ ਹੋਏ ਹੋ, ਅਸੀਂ ਘੋੜੇ ਚੜੇ ਜਾਂਦੇ ਹਾਂ, ਘੋੜੇ 'ਚ ਰੋਟੀ ਖਾਣ ਦਾ ਕੋਈ ਟਾਈਮ ਹੁੰਦਾ। ਸੁਚ ਜੁੱਤ ਹੋਏ ਪੁਨੀਤ ਅਸਨ ਜਗ ਉਚਿਤ ਅਚਨ ਕੇ ਤਬ ਮੇਰ ਤਾਰ। ਪਵਿੱਤਰਤਾ ਨਾਲ ਬਣਿਆ ਹੋਵੇ, ਗੁਰਸਿੱਖਾਂ ਨੇ ਸਾਫ਼ ਸਫਾਈ ਨਾਲ ਬਣਾਇਆ ਹੋਵੇ, ਹੱਥ ਪੈਰ ਧੋਤੇ ਹੋਣ, ਇਸ਼ਨਾਨ ਕੀਤਾ ਹੋਵੇ, ਪਵਿੱਤਰਤਾ ਨਾਲ ਚੌਂਕੇ 'ਚ ਬਹਿ ਕੇ ਸੁੱਚਮ ਨਾਲ ਲੰਗਰ ਛਕੀਦਾ, ਅਸੀਂ ਪੈਰੀਂ ਜੋੜਾ ਪਾਇਆ, ਹੱਥ 'ਚ ਅਸੀਂ ਘੋੜੇ ਦੀਆਂ ਲਗਾਮਾਂ ਫੜੀਆਂ ਨੇ, ਤੁਸੀਂ ਕਹਿੰਦੇ ਹੋ ਪ੍ਰਸ਼ਾਦਾ ਛਕੋ। ਸਿੱਖ ਚੁੱਪ ਕਰ ਗਏ। ਪਾਤਸ਼ਾਹ ਖੇਡ ਕੇ ਸ਼ਿਕਾਰ ਵਾਪਸ ਆਏ, ਦੀਵਾਨ ਸੱਜਿਆ, ਸੰਗਤਾਂ ਬੈਠ ਗਈਆਂ। ਉਹਨਾਂ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਇੱਕ ਬੇਨਤੀ ਕਰਦੇ, ਜੇ ਅੱਜ ਵਰਗੇ ਹੁੰਦੇ ਤਾਂ ਸ਼ਾਇਦ ਘੋੜੇ 'ਤੇ ਕੋਲ ਹੀ ਸਵਾਲ ਕਰ ਦਿੰਦੇ, ਮਾਫ ਕਰਨਾ। ਜੇ ਅੱਜ ਵਾਲੇ ਹੁੰਦੇ ਨੇ, ਜਿਹੜੇ ਅੱਜ ਨੇ, ਕੋਈ ਪਤਾ ਨਹੀਂ ਸਵਾਲ ਕਿੱਥੇ ਕਰਨਾ, ਕਿਵੇਂ ਕਰਨਾ, ਕੀ ਪੁੱਛਣਾ, ਕੀ ਨਹੀਂ ਪੁੱਛਣਾ, ਸਿੱਧਾ ਹੀ ਬਸ ਡਾਂਗ ਸੋਟਾ ਚਲਾਉਂਦੇ। ਇਹ ਚੀਜ਼ਾਂ ਸਤਸੰਗ ਜੀ ਸਿੱਖਣੀਆਂ ਪੈਂਦੀਆਂ। ਸਵਾਲ ਵੀ ਪੁੱਛਣਾ, ਉਹਦਾ ਤਰੀਕਾ ਹੁੰਦਾ ਹੈ, ਗੱਲ ਕਰਨ ਦਾ ਕੋਈ ਤਰੀਕਾ ਹੁੰਦਾ, ਸਵਾਲ ਵੀ ਦਾ ਅਤੇ ਜਵਾਬ ਦਾ ਵੀ। ਇਸ ਤਰੀਕੇ ਸਤਪੁਰਸ਼ਾਂ ਮਹਾਂਪੁਰਸ਼ਾਂ ਗੁਰਮੁਖਾਂ ਦੀ ਸੰਗਤ 'ਚੋਂ ਮਿਲਦੇ ਹੈ, ਅੱਜ ਕੱਲ੍ਹ ਦੇ ਸਕੂਲਾਂ ਕਾਲਜਾਂ ਯੂਨੀਵਰਸਿਟੀ 'ਚ ਨਹੀਂ ਮਿਲਦੇ, ਮਾਫ ਕਰ ਦਿੰਦੇ। ਜਿਹੜੀਆਂ ਉਹ ਚੀਜ਼ਾਂ ਨੇ ਉਹ ਸਾਨੂੰ ਉਹਨਾਂ ਪੁਰਾਣਿਆਂ ਗੁਰਸਿੱਖਾਂ ਤੋਂ ਮਿਲਣਗੀਆਂ। ਸਤਿਗੁਰੂ ਪਾਤਸ਼ਾਹ ਦੇ ਦੀਵਾਨ 'ਚ ਬੈਠ ਗਏ, ਮਹਾਰਾਜ ਸੱਜ ਗਏ, ਹੱਥ ਜੋੜੇ, ਗਰੀਬ ਨਵਾਜ ਇੱਕ ਸਵਾਲ ਪੁੱਛਣਾ, ਸਵਾਲ ਪੁੱਛਣ ਦੀ ਵੀ ਆਗਿਆ ਲੈਣੀ ਪੈਂਦੀ। ਮਹਾਰਾਜ ਕਹਿੰਦੇ ਹਾਂ ਭਾਈ ਪੁੱਛੋ, ਜੋ ਪੁੱਛਣਾ ਅਸੀਂ ਜਾਣਦੇ ਹਾਂ ਤੁਸੀਂ, ਪਰ ਪੁੱਛੋ। ਉਹ ਕਹਿੰਦੇ ਮਹਾਰਾਜ ਪੁੱਛਣਾ ਇਹ ਹੈ, ਇੱਕ ਮਾਈ ਪਾਟੇ ਪੁਰਾਣੇ ਕੱਪੜੇ ਪਾਏ ਨੇ, ਪਤਾ ਨਹੀਂ ਉਹਨੇ ਇਸ਼ਨਾਨ ਕੀਤਾ ਨਹੀਂ ਕੀਤਾ, ਭਾਂਡੇ ਮਾਂਜੇ ਨੇ ਨਹੀਂ ਮਾਂਜੇ, ਉਸ ਮਾਈ ਨੂੰ ਸੁੱਚਮ ਦਾ ਪਤਾ ਹੈ ਕਿ ਨਹੀਂ ਪਤਾ। ਉਸ ਮਾਈ ਦੇ ਕੋਲੋਂ, ਗਲੀ ਵਿੱਚ ਖੜੀ ਮਾਈ ਕੋਲੋਂ ਹਜ਼ੂਰ ਆਪ ਜੀ ਨੇ ਘੋੜਾ ਰੋਕ ਕੇ ਪ੍ਰਸ਼ਾਦੇ ਮੰਗੇ। ਮਾਈ ਸਾਨੂੰ ਭੁੱਖ ਲੱਗੀ ਹੈ ਪ੍ਰਸ਼ਾਦਾ ਦੇ, ਫਿਰ ਆਪ ਜੀ ਨੇ ਹੱਥ ਨਹੀਂ ਧੋਏ, ਆਪ ਜੀ ਨੇ ਪੈਰਾਂ 'ਚ ਜੋੜਾ ਵੀ ਨਹੀਂ ਲਾਇਆ, ਉਸੇ ਹੱਥ ਵਿੱਚ ਤੁਹਾਡੇ ਘੋੜੇ ਦੀਆਂ ਲਗਾਮਾਂ ਸਨ, ਉਸੇ ਹੱਥ 'ਤੇ ਤੁਸੀਂ ਪ੍ਰਸ਼ਾਦਾ ਰੱਖਿਆ ਸੀ ਅਤੇ ਬੜੇ ਆਨੰਦ ਨਾਲ ਛਕ ਰਹੇ ਸੀ। ਕਹਿੰਦੇ ਮਾਈ ਸਾਨੂੰ ਭੁੱਖ ਲੱਗੀ, ਪਰ ਤੇਰਾ ਪ੍ਰਸ਼ਾਦਾ ਬੜਾ ਸਵਾਦ ਹੈ, ਬੜਾ ਆਨੰਦ ਵਾਲਾ, ਅਤੇ ਮਹਾਰਾਜ ਮਾਈ ਨੂੰ ਨਿਹਾਲ ਕਰਕੇ ਤੁਸੀਂ ਚੱਲ ਪਏ।
ਅਸੀਂ ਸੋਚਿਆ ਗਰੀਬ ਨਵਾਜ਼ ਨੂੰ ਭੁੱਖ ਲੱਗ ਜਾਂਦੀ, ਅਸੀਂ ਇੰਨੀ ਸੁੱਚਮ ਨਾਲ ਲੰਗਰ ਬਣਾਇਆ, ਇਸ਼ਨਾਨ ਕਰ ਕਰਕੇ, ਭਾਂਡੇ ਮਾਂਜ ਮਾਂਜ ਕੇ, ਬਾਣੀ ਪੜ੍ਹ ਕੇ, ਮਹਾਰਾਜ ਪਾਣੀ ਦੇ ਹੱਥ ਵੀ ਗੜਵਾ ਵੀ ਨਾਲ ਲੈ ਗਏ ਧੋਣ ਲਈ, ਤੌਲੀਏ ਵੀ ਸੱਚੇ ਪਾਤਸ਼ਾਹ ਸਾਨੂੰ ਝਿੜਕ ਕੇ ਪਾ ਦਿੱਤਾ ਵੀ ਬੇਮਰਯਾਦਾ, ਇਹ ਕੋਈ ਮਰਯਾਦਾ ਘੋੜੇ ਤੇ ਲੰਗਰ ਥੋੜਾ ਛਕੀ? ਮਹਾਰਾਜ ਜੇ ਘੋੜੇ ਤੇ ਲੰਗਰ ਨਹੀਂ ਛਕੀਦਾ, ਰਾਹ ਜਾਂਦਿਆਂ ਸੁੱਚਮ ਨਾਲ ਚੌਂਕੇ 'ਚ ਬਹਿ ਕੇ ਛਕੀਦਾ, ਮਾਈ ਦਾ ਕਿਉਂ ਛਕਦੇ? ਗਰੀਬ ਨਵਾਜ ਕਹਿਣ ਲੱਗੇ, ਸਿੱਖੋ ਇਹਨਾਂ ਗੱਲਾਂ ਦਾ ਹੀ ਤਾਂ ਤੁਹਾਨੂੰ ਪਤਾ ਨਹੀਂ, ਉਹ ਮਾਈ ਪ੍ਰੇਮਣ ਹੈ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ ਪਾਇਓ। ਪ੍ਰੇਮ ਤੋਂ ਵੱਡੀ ਕੋਈ ਗੱਲ ਨਹੀਂ, ਜਿੱਥੇ ਪ੍ਰੇਮ ਹੈ ਉੱਥੇ ਨੇਮ ਨਹੀਂ ਹੁੰਦਾ, ਪਰ ਨੇਮ ਆਪਣੀ ਥਾਂ 'ਤੇ ਹੁੰਦਾ। ਆਖੋ ਸ੍ਰੀ ਵਾਹਿਗੁਰੂ। ਨੇਮ ਕਾਨੂੰਨ ਧਰਮ ਮਰਯਾਦਾ ਲਾਓ ਰਹੁ ਰੀਤੀ ਇਹ ਸਭ ਚੀਜ਼ਾਂ ਇੱਕੋ ਹੀ ਨੇ, ਡਿਸਿਪਲਨ ਹੈ ਜੀਵਨ ਦਾ। ਜੇ ਇਹ ਨਾ ਹੋਵੇ ਤਾਂ ਸਾਰਾ ਕੁਝ ਅਸਤ ਵਿਅਸਤ ਹੋ ਜਾਵੇ। ਗੱਡੀ ਐਕਸੀਡੈਂਟ ਮਿੰਟ 'ਚ ਹੋਇਆ ਹੋਵੇ, ਜੇ ਇੱਥੇ ਸਾਧ ਸੰਗਤ ਦੀ ਕੋਈ ਲਾਅ ਨਾ ਹੋਵੇ ਤਾਂ ਜ਼ਿੰਦਗੀ ਦੀ ਗੱਡੀ ਦੇ ਵਿੱਚ ਵੀ ਬੜੇ ਐਕਸੀਡੈਂਟ ਹੋ ਜਾਣ, ਜੇ ਰਹਿਤ ਮਰਿਆਦਾ ਨਾ ਹੋਵੇ ਤਾਂ ਬੜਾ ਕੁਝ ਹੋ ਜਾਵੇ। ਨੇਮ ਵੀ ਜ਼ਰੂਰੀ ਹੈ, ਪਰ ਜਿੱਥੇ ਪ੍ਰੇਮ ਹੈ ਉੱਥੇ ਨੇਮ ਥੱਲੇ ਰਹਿ ਜਾਂਦਾ, ਪ੍ਰੇਮ ਉੱਪਰ ਹੈ। ਆਖੋ ਸ੍ਰੀ ਵਾਹਿਗੁਰੂ। ਮਾਈ ਪ੍ਰੇਮਣ ਸੀ, ਤੁਸੀਂ ਨੇਮੀ ਹੋ, ਅਸੀਂ ਵੀ ਨੇਮ ਰੱਖਦੇ ਹਾਂ, ਅਸੀਂ ਸੁੱਚਮ ਨਾਲ ਹੀ ਲੰਗਰ ਛਕਦੇ ਹਾਂ, ਤਰੀਕੇ ਨਾਲ ਛਕਦੇ ਹਾਂ, ਪਰ ਉੱਥੇ ਅਸੀਂ ਉਹ ਤਰੀਕਾ ਨਹੀਂ ਸੀ ਅਪਣਾ ਸਕਦੇ, ਉੱਥੇ ਉਸ ਮਾਈ ਦਾ ਪ੍ਰੇਮ ਪਰਖਣਾ ਸੀ। ਐਸੇ ਗੁਰੂ ਰਾਏ ਸਾਹਿਬ ਜੀ ਸੱਤਵੇਂ ਪਾਤਸ਼ਾਹ ਮਹਾਰਾਜ ਉਹਨਾਂ ਦਾ ਗੁਰਤਾਗਤੀ ਦਿਵਸ ਮਨਾ ਰਹੇ ਹਾਂ। ਮਹਾਨ ਸ਼ਹੀਦ ਕੌਮ ਦੇ ਉਹ ਜਰਨੈਲ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਅਤੇ ਬੁੱਢੇ ਦਲ ਦੇ ਛੇਵੇਂ ਜਥੇਦਾਰ ਬਾਬਾ ਅਕਾਲੀ ਫੂਲਾ ਸਿੰਘ ਜੀ 14 ਮਾਰਚ 1973 ਨੂੰ ਲੁੰਡੇ ਦਰਿਆ 'ਤੇ ਦੋਸਤ ਮੁਹੰਮਦ, ਜਿਹੜਾ ਅਫਗਾਨਿਸਤਾਨ, ਪੇਸ਼ਾਵਰ, ਜਲਾਲਾਬਾਦ ਦੀਆਂ ਸਾਰੀਆਂ ਪਠਾਣ ਕੌਮਾਂ ਦਾ ਆਗੂ ਸੀਗਾ, 4 ਲੱਖ ਮੁਲਖਈਆਂ ਇਕੱਠਾ ਕਰਕੇ ਖਾਲਸੇ ਨਾਲ ਲੜਨ ਆਇਆ ਸੀ, ਉਹਦੇ ਨਾਲ ਟੱਕਰ ਲੈ ਕੇ ਸ਼ਹੀਦੀ ਪ੍ਰਾਪਤ ਕੀਤੀ ਬਾਬਾ ਅਕਾਲੀ ਫੂਲਾ ਸਿੰਘ ਜੀ ਨੇ। ਐਸੇ ਜਥੇਦਾਰ ਸਾਧ ਸੰਗਤ ਜੀ ਪੰਥ ਨੂੰ ਅੱਜ ਜਦੋਂ ਵੀ ਕੋਈ ਗੱਲ ਚੱਲਦੀ ਹੈ ਨਾ, ਤੇ ਮਿਸਾਲ ਆਉਂਦੀ ਵੀ ਅਕਾਲੀ ਫੂਲਾ ਸਿੰਘ ਵਰਗਾ ਚਾਹੀਦਾ ਜਥੇਦਾਰ। ਐਸੀ ਦ੍ਰਿੜਤਾ ਵੀ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਇਮਲੀ ਨਾਲ ਬੰਨ ਕੇ ਕੋਲਰੇ ਮਾਰਨ ਦਾ ਹੁਕਮ ਦੇ ਦਿੱਤਾ, ਕਹਿੰਦੇ ਬੰਨੋ ਇਹਨੂੰ, ਮਾਰੋ ਕੋਲੜੇ। ਤੇ ਸ਼ੇਰੇ ਪੰਜਾਬ ਵੀ ਕਿਹੋ ਜਿਹਾ ਗੁਰਮੁਖ ਸੀ, ਕਹਿਣ ਲੱਗਾ ਆਪਣੀ ਪਿੱਠ ਚੱਕ ਕੇ ਨੰਗੀ ਕਰਤੀ ਆ, ਲਓ ਮਾਰੋ। ਅੱਜ ਨਾ ਉਹੋ ਜਿਹੇ ਜਥੇਦਾਰ ਲੱਭਦੇ ਪਏ ਸਾਨੂੰ, ਨਾ ਉਹੋ ਜਿਹੇ ਬਾਦਸ਼ਾਹ ਲੱਭਦੇ ਹੈ। ਖਾਲਸਾ ਜੀ, ਅਕਾਲੀ ਬਾਬਾ ਫੂਲਾ ਸਿੰਘ ਜੀ ਪੰਥ ਦੇ ਮਹਾਨ ਜਰਨੈਲ, ਜਿਨ੍ਹਾਂ ਦੇ ਪਿਤਾ ਬਾਬਾ ਈਸ਼ਰ ਸਿੰਘ ਜੀ ਨਿਹੰਗ ਸਿੰਘ ਬਾਬਾ ਦੀਪ ਸਿੰਘ ਦੇ ਵਿਦਿਆਰਥੀ ਨੇ, ਬਾਬਾ ਦੀਪ ਸਿੰਘ ਕੋਲੋਂ ਸ਼ਸਤਰ ਵਿੱਦਿਆ, ਘੋੜ ਸਵਾਰੀ, ਗੁਰਬਾਣੀ ਦੀ ਸੰਥਿਆ ਉਹਨਾਂ ਨੇ ਲਈ। ਉਹਨਾਂ ਦੇ ਦੋ ਗੁਰ ਭਾਈ ਬਾਬਾ ਨੈਣਾ ਸਿੰਘ ਜੀ, ਬਾਬਾ ਤਪਾ ਸਿੰਘ ਜੀ, ਬਾਬਾ ਈਸ਼ਰ ਸਿੰਘ ਜੀ ਵੱਡੇ ਘੱਲੂ ਘਰ ਜੂਝੇ, ਉਸੇ ਵਿੱਚ ਈਸ਼ਰ ਸਿੰਘ ਸ਼ਹੀਦ ਹੋ ਗਏ, 1 ਸਾਲ ਦਾ ਸੀ ਫੂਲਾ ਸਿੰਘ। ਉਹ ਬਾਬਾ ਨੈਣਾ ਸਿੰਘ ਅਤੇ ਤਪਾ ਸਿੰਘ ਨੂੰ ਕਿਹਾ, ਇਹ ਬੱਚਾ ਹੁਣ ਤੁਸੀਂ ਪਾਲਣਾ ਜੇ,
ਨੈਣਾ ਸਿੰਘ ਤੇ ਤਪਾ ਸਿੰਘ ਉਸ ਭਚੰਗੀ ਨੂੰ ਪਾਲ ਕੇ ਪੰਥ ਦੇ ਸਪੁਰਦ ਕੀਤਾ। ਅਕਾਲ ਤਖ਼ਤ ਦਾ ਜਥੇਦਾਰ ਪੰਜਵੇਂ ਬਾਬਾ ਨੈਣਾ ਸਿੰਘ ਦੀ ਸੀ, ਛੇਵੇਂ ਬਾਬਾ ਫੂਲਾ ਸਿੰਘ ਦੀ ਸੀ। ਕਦੀ ਬਵੇਕਸਰ ਸਰੋਵਰ ਅੰਮ੍ਰਿਤਸਰ ਜਾਓ, ਸਰੋਵਰ ਦੇ ਕੰਢੇ ਤੇ ਬਾਬਾ ਨੈਣਾ ਸਿੰਘ ਦਾ ਬੁੰਗਾ ਹੁਣ ਵੀ ਹੈ। ਇਸੇ ਤਰ੍ਹਾਂ ਤਰਨ ਤਾਰਨ ਦੇ ਸਰੋਵਰ ਦੇ ਉੱਤੇ ਦੋ ਬੁੰਗੇ ਨੇ, ਇੱਕ ਬਾਬੇ ਫੂਲਾ ਸਿੰਘ ਜੀ ਦੇ ਨਾਂ 'ਤੇ ਹੈ, ਜਿਹਦਾ ਜਿਹਦੀ ਸੇਵਾ ਬਾਬਾ ਫੂਲਾ ਸਿੰਘ ਦੇ ਭਰਾ ਭਾਈ ਸੰਤ ਸਿੰਘ ਦਾ ਪਰਿਵਾਰ ਹੁਣ ਵੀ ਕਰਦਾ। ਦੂਜਾ ਬੁੰਗਾ ਸਰੋਵਰ ਦੇ ਉੱਤੇ ਬਾਬਾ ਨੈਣਾ ਸਿੰਘ ਜੀ ਦਾ, ਜਿੱਥੇ ਸ਼੍ਰੋਮਣੀ ਕਮੇਟੀ ਸੇਵਾ ਕਰਦੀ। ਸੋ ਖਾਲਸਾ ਜੀ, ਐਸੇ ਮਹਾਨ ਯੋਧੇ ਪੰਥ ਦੇ ਉਹਨਾਂ ਦਾ ਸ਼ਹੀਦੀ ਦਿਹਾੜਾ ਵੀ ਮਨਾਇਆ। ਖਾਲਸੇ ਦਾ ਜੋ ਨਾਨਕਸ਼ਾਹੀ ਸੰਮਤ, ਉਹ ਵੀ ਆਪਾਂ ਬੁੱਧਵਾਰ ਨੂੰ ਆਰੰਭ ਹੋਇਆ ਇੱਕ ਚੇਤਰ ਤੋਂ, ਕਿਉਂਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਦੇਸੀ ਮਹੀਨਿਆਂ ਤੋਂ ਸਾਲ ਦੀ ਆਰੰਭਤਾ ਕੀਤੀ। ਚੇਤ ਗੋਬਿੰਦ ਆਰਾਧੀ ਹੈ ਹੋਵੇ ਆਨੰਦ ਘਣਾ। ਸ਼ੇਰੇ ਪੰਜਾਬ ਨੇ ਮਹਾਰਾਜਾ ਰਣਜੀਤ ਸਿੰਘ ਜੀ ਨੇ ਅਕਾਲੀ ਫੂਲਾ ਸਿੰਘ ਦੀ ਪ੍ਰੇਰਨਾ ਨਾਲ ਇਹ ਸੰਮਤ ਸ਼ੁਰੂ ਕੀਤਾ ਸੀ ਨਾਨਕਸ਼ਾਹੀ। ਤੁਸੀਂ ਪੜ੍ਹ ਲਓ, ਸਿੱਕਾ ਜਿਹੜਾ ਖਾਲਸੇ ਦਾ ਚਲਾਇਆ ਸੀ ਉਹ ਨਾਨਕਸ਼ਾਹੀ ਸਿੱਕਾ ਚਲਾਇਆ ਸੀ। ਹੁਣ ਵੀ ਕਿਤੇ ਕਿਤੇ ਉਹਦੀਆਂ ਪੁਰਾਣੀਆਂ ਮੋਹਰਾਂ ਸਾਨੂੰ ਮਿਲਦੀਆਂ। ਦਾਸ ਨੇ ਵੀ ਜਗ੍ਹਾ ਦਰਸ਼ਨ ਕੀਤੇ ਨਾਨਕਸ਼ਾਹੀ ਸਿੱਕੇ ਨੇ, ਉੱਤੇ ਮਹਾਰਾਜ ਗੁਰੂ ਨਾਨਕ ਦੇਵ ਜੀ ਭਾਈ ਬਾਲੇ ਮਰਦਾਨੇ ਦੀ ਫੋਟੋ ਹੁੰਦੀ ਸੀ, ਥੱਲੇ ਲਿਖਿਆ ਹੁੰਦਾ ਸੀ ਨਾਨਕਸ਼ਾਹੀ ਸੰਮਤ। ਜਿੰਨਾ ਵੀ ਹੁੰਦਾ ਸੀ ਜਿਹੜੇ ਸਾਹਿਬ ਉਹ ਚਲਾਇਆ ਸੀ ਉਹਨੂੰ ਨਾਨਕਸ਼ਾਹੀ ਸਿੱਕਾ ਕਹਿੰਦੇ। ਸੋ ਆਪਣਾ ਸੰਮਤ, ਆਪਣਾ ਸਿੱਕਾ, ਆਪਣਾ ਰਾਜ, ਆਪਣਾ ਤਾਜ, ਇਹ ਕਲਗੀਆਂ ਵਾਲੇ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਦੀ ਸਾਨੂੰ ਬਖਸ਼ਿਸ਼ ਹੈ। ਸੋ ਆਪਣਾ ਸਾਲ ਸ਼ੁਰੂ ਹੋਇਆ, ਆਓ ਹੁਣ ਕੁਝ ਸਮੇਂ ਲਈ ਮਨ ਬਿਰਤੀਆਂ ਨੂੰ ਇਕਾਗਰ ਕਰੀਏ। ਗੁਰੂ ਦਰਬਾਰ ਵਿੱਚ ਕੁਝ ਦਿਨ ਪਹਿਲਾਂ ਤੋਂ ਗੁਰਸੰਗਤ ਨੇ ਹੁਕਮ ਲਾਇਆ ਸੀ ਬਈ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਜਿਹੜੇ ਸਲੋਕ ਹਨ ਆਪਾਂ ਜਦੋਂ ਵੀ ਭੋਗ ਪੈਂਦਾ ਹੈ ਉਹ ਸੁਣਦੇ। ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਜਦੋਂ ਦਿੱਲੀ ਕੋਤਵਾਲੀ 'ਚ ਬੈਠੇ ਹੋਏ ਸਨ, ਸ਼ਹੀਦੀ ਤੋਂ ਕੁਝ ਦਿਨ ਪਹਿਲਾਂ ਇਹ ਸਲੋਕ ਲਿਖੇ ਸਨ। ਇਹਨਾਂ ਸਲੋਕਾਂ 'ਚ ਵੈਰਾਗ, ਪਿਆਰ, ਤਿਆਗ, ਭਗਤੀ, ਗਿਆਨ ਸਭ ਦਿੱਤਾ ਹੈ। ਆਓ ਮਹਾਰਾਜ ਕੀ ਪ੍ਰੇਰਣਾ ਦੇ ਰਹੇ ਨੇ ਸੁਣੀਏ। ਸਾਰੀ ਸੰਗਤ ਆਖੀਏ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ। ਝੂਠੈ ਮਾਨ ਕਹਾਂ ਕਰੈ, ਜਗ ਸੁਪਨੇ ਜਿਉ ਜਾਨ। ਮਹਾਰਾਜ ਕਹਿੰਦੇ ਹੇ ਝੂਠੇ ਬੰਦੇ, ਕਿਹੜੀ ਚੀਜ਼ ਦਾ ਅਹੰਕਾਰ ਕਰਦਾ, ਕਿਹੜੀ ਚੀਜ਼ ਦਾ ਤੂੰ ਮਾਣ ਕਰਦਾ? ਆਪਣੀ ਜਵਾਨੀ ਦਾ ਮਾਣ ਕਰਦਾ, ਆਪਣੀ ਸੁੰਦਰਤਾ ਦਾ ਮਾਣ ਕਰਦਾ, ਆਪਣੀ ਅਕਲ ਦਾ ਮਾਣ ਕਰਦਾ, ਆਪਣੇ ਪੈਸੇ ਦਾ ਮਾਣ ਕਰਦਾ, ਆਪਣੀ ਜਾਤੀ ਦਾ ਮਾਣ ਕਰਦਾ? ਕੁਛ ਵੀ ਤੇਰਾ ਮਾਣ ਸੱਚਾ ਨਹੀਂ, ਕਿਉਂਕਿ ਜਿਹੜੀ ਦੁਨੀਆਂ 'ਚ ਤੂੰ ਰਹਿ ਰਿਹਾ ਉਹ ਸੁਪਨੇ ਦੀ ਤਰ੍ਹਾਂ ਹੈ। ਆਖੋ ਸਤਨਾਮ ਸ੍ਰੀ ਵਾਹਿਗੁਰੂ। ਜਿਹੜੀ ਦੁਨੀਆਂ 'ਚ ਤੂੰ ਰਹਿ ਰਿਹਾ ਅਤੇ ਸਾਰਾ ਕੁਝ ਹੀ ਸੁਪਨਾ ਹੈ। ਗੁਰੂ ਨਾਨਕ ਦੇਵ ਜੀ ਕੋਲੋਂ ਸਿੱਖਾਂ ਨੇ ਇੱਕ ਸਵਾਲ ਪੁੱਛਿਆ, ਮਹਾਰਾਜ ਆਪ ਜੀ ਕਹਿੰਦੇ ਹੋ ਮਾਇਆ ਝੂਠੀ ਹੈ, ਸਾਰੀ ਬਾਣੀ ਕਹਿੰਦੀ ਮਾਇਆ ਝੂਠੀ, ਅਤੇ ਮਹਾਰਾਜ ਮਾਇਆ ਬਿਨਾਂ ਗੁਜ਼ਾਰਾ ਵੀ ਕੋਈ? ਇਹ ਸਵਾਲ ਆਪਾਂ ਵੀ ਕਰ ਸਕਦੇ ਹਾਂ ਕਿ ਸਾਰਿਆਂ ਦਾ ਸਾਂਝਾ ਸਵਾਲ ਹੈ।
ਵੀ ਜਿਹੜੀ ਚੀਜ਼ ਝੂਠੀ ਹੈ ਤੁਸੀਂ ਕਹਿੰਦੇ ਝੂਠੀ ਹੈ, ਫਿਰ ਉਹਦੇ ਬਿਨਾਂ ਇੱਕ ਟਾਈਮ ਇੱਕ ਮਿੰਟ ਨਹੀਂ ਲੰਘਦਾ। ਇਸ ਬਿਨ ਸਰੇ ਨਾ ਇੱਕ ਸਿੰਧ ਪੂਰਨ ਹੋਤ ਨਾ ਕਾਮ। ਮਾਇਆ ਤੋਂ ਬਿਨਾਂ ਇੱਕ ਪਲ ਨਹੀਂ ਲੰਘਦਾ, ਇੱਕ ਟਾਈਮ ਇੱਕ ਮਿੰਟ ਨਹੀਂ ਲੰਘਦਾ। ਕੰਮ ਕੋਈ ਨਹੀਂ ਪੂਰੇ, ਸਾਰੇ ਕੰਮ ਰੁਕ ਜਾਂਦੇ, ਸਿਸਟਮ ਹੀ ਬੰਦ ਹੋ ਜਾਂਦਾ ਸਾਰਾ। ਰੋਟੀ ਵੀ ਖਾਣੀ, ਕੱਪੜਾ ਵੀ ਪਾਉਣਾ, ਬੰਦੇ ਨੇ ਮਕਾਨ ਵੀ ਚਾਹੀਦਾ, ਬਾਲ ਬੱਚੇ ਵੀ ਪਾਲਣੇ ਨੇ, ਆਉਣਾ ਜਾਣਾ ਵੀ ਹੈ, ਗੱਡੀ ਦਾ ਕਿਰਾਇਆ ਚਾਹੀਦਾ, ਸਭ ਕੁਝ ਚਾਹੀਦਾ। ਆਪ ਜੀ ਕਹਿੰਦੇ ਹੋ ਮਾਇਆ ਝੂਠੀ ਹੈ ਅਤੇ ਫਿਰ ਇਹਦੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ। ਜਿਹੜੀ ਚੀਜ਼ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਉਹਨੂੰ ਝੂਠੀ ਕਿਵੇਂ ਕਹਿੰਦੇ ਹੋ? ਸਵਾਲ ਦੇਖੋ ਕਿੱਦਾਂ ਦੇ। ਅੱਜ ਕੱਲ੍ਹ ਦੇ ਸਾਡੇ ਸਵਾਲ ਹੀ ਬੜੇ ਨਾ ਨੀਵੀਂ ਪੱਧਰ ਦੇ ਹੋ ਗਏ। ਹੋਰ ਕੋਈ ਨਹੀਂ, ਕੋਈ ਸਵਾਲ ਪੁੱਛਣਗੇ ਮੀਟ ਖਾ ਲੈਣਾ ਚਾਹੀਦਾ ਕਿ ਨਹੀਂ ਖਾ ਲੈਣਾ ਚਾਹੀਦਾ? ਵੀ ਗਿਆਨੀ ਜੀ ਸਾਨੂੰ ਸਰਟੀਫਿਕੇਟ ਲਿਖ ਕੇ ਦੇ ਦੇਣ ਅਤੇ ਅਸੀਂ ਪਤੀਲਾ ਧਰ ਲਈਏ ਜਾਣ, ਇਹ ਕੋਈ ਸਵਾਲ ਨੇ? ਜਿਹੜੇ ਸਵਾਲ ਪੁੱਛਣ ਵਾਲੇ ਉਹ ਪੁੱਛੋ, ਇਹ ਆਤਮਾ ਆਈ ਕਿੱਥੋਂ ਹੈ, ਇਹ ਆਤਮਾ ਨੇ ਜਾਣਾ ਕਿੱਥੇ ਹੈ, ਇਹ ਪਸਾਰਾ ਕੀ ਹੈ, ਇਹ ਦੁਨੀਆ ਕੀ ਹੈ, ਕਹਾਂ ਤੇ ਆਵੇ ਕਹਾਂ ਇਹ ਜਾਵੇ। ਗੁਰੂ ਗ੍ਰੰਥ ਸਾਹਿਬ 'ਚ ਸਵਾਲ ਵੀ ਲਿਖੇ ਨੇ, ਜਵਾਬ ਵੀ ਲਿਖੇ ਨੇ, ਉਹ ਨਹੀਂ ਕਦੀ ਪੜ੍ਹੇ। ਕਹਾਂ ਤੇ ਆਵੇ ਕਹਾਂ ਇਹ ਜਾਵੇ ਕਹਾਂ ਇਹ ਰਹੇ ਸਮਾਈ, ਇਹ ਕੀ ਚੀਜ਼ ਹੈ, ਮੈਂ ਕੀ ਹਾਂ, ਆਤਮਾ ਕਿਸ ਨੂੰ ਕਹਿੰਦੇ ਨੇ, ਬੁੱਧੀ ਕੀ ਹੁੰਦੀ ਹੈ, ਇਹ ਕਦੀ ਅਸੀਂ ਦੀ ਗੱਲ ਛੇੜੀ। ਬਸ ਪੁੱਠੀਆਂ ਸਿੱਧੀਆਂ ਕੜਾ ਸੱਜੇ ਹੱਥ 'ਚ ਪਾਉਣਾ ਚਾਹੀਦਾ ਵੀ ਖੱਬੇ 'ਚ ਪਾਉਣਾ ਚਾਹੀਦਾ, ਇਹ ਗੱਲਾਂ ਪੁੱਛਣਗੇ। ਮੂਲ ਮੰਤਰ ਨਾਨਕ ਉਸੀ ਵਿੱਚ ਸੱਚ ਤੇ ਕਰੀਏ ਕਿ ਗੁਰਪ੍ਰਸਾਦ ਨੇ ਪੜ੍ਹਨਾ ਕੋਈ ਵੀ ਨਹੀਂ, ਗੱਲਾਂ ਹੀ ਕਰਨੀਆਂ। ਮੈਂ ਕਹਿੰਦਾ ਜਿੰਨਾ ਪੜ੍ਹਿਆ ਜਾਂਦਾ ਪੜ੍ਹ ਲਓ, ਜਪ ਤੇ ਲਓ, ਜਿੰਨਾ ਜਪੋਗੇ ਓਨਾ ਹੀ ਪਤਾ ਲੱਗ ਜਾਏਗਾ। ਗੱਲਾਂ ਕਰਿਆ ਕੁਛ ਨਹੀਂ, ਖਾਂਡ ਖਾਂਡ ਕਹਿ ਜੇਬਾ ਨਾ ਸਵਾਦ ਮਿੱਠੋ ਆਵੇ। ਖੰਡ 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 ਸਾਰਾ ਦਿਨ ਕਰੋ, ਮੂੰਹ ਮਿੱਠਾ ਨਹੀਂ ਹੋਣਾ, ਖਾਣਾ ਪੈਣਾ ਮਿੱਠਾ। ਮੂਲ ਮੰਤਰ ਪੜ੍ਹਨਾ ਪੈਣਾ, ਮੂਲ ਮੰਤਰ ਜਪਣਾ ਪੈਣਾ, ਫੇਰ ਗੱਲ ਬਣਨੀ ਹੈ। ਅਤੇ ਜੇ ਆਪਾਂ ਕਹੀਏ ਵੀ ਮੂਲ ਮੰਤਰ ਕਿੱਥੋਂ ਤੱਕ ਹੁੰਦਾ, ਉਹ ਕੋਈ ਕੋਈ ਗੁਰਪ੍ਰਸਾਦ ਤੇ ਕਹੀ ਜਾਵੇ, ਕੋਈ ਨਾਨਕ ਸਿਰ ਸੱਚ ਤੇ ਲੜੀਏ, ਉਹ ਸਾਰੀ ਜ਼ਿੰਦਗੀ ਕੱਖ ਨਹੀਂ, ਕੋਈ ਫਾਇਦਾ ਨਹੀਂ ਹੋਣਾ। ਖਾਂਡ ਖਾਂਡ ਕਹਿ ਜੇਬਾ ਨਾ ਸਵਾਦ ਮਿੱਠੋ ਆਵੇ, ਦਰਬ ਦਰਬ ਕਹਿ ਤੋ ਦਰਬ ਨਾ ਬਿਲਾਸ ਹੈ, ਚੰਦਨ ਚੰਦਨ ਕਹਿ ਪ੍ਰਗਟੈ ਨਾ ਸੁਭਾਸ ਪਾਸ, ਅਗਨ ਅਗਨ ਕਹਿ ਸੀਤ ਨਾ ਬਿਲਾਸ ਹੈ। ਚੰਦਨ 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 ਕਹਿਣ ਨਾਲ ਖੁਸ਼ਬੂ ਨਹੀਂ ਆਉਣੀ, ਚੰਦਨ ਦੇ ਕੋਲ ਜਾਣਾ ਪੈਣਾ। ਅੱਗ 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 ਕਹਿਣ ਨਾਲ ਠੰਡ ਦੂਰ ਨਹੀਂ ਹੋਣੀ, ਅੱਗ ਬਾਲਣੀ ਪੈਣੀ। ਇਸੇ ਤਰ੍ਹਾਂ ਗੁਰਮੰਤਰ ਮੂਲ ਮੰਤਰ ਗੁਰਬਾਣੀ ਜਪਣੀ ਪੈਣੀ। ਸੋ ਸਾਧ ਸਿੰਘ ਜੀ ਰਹੋ ਵਿਚਾਰ, ਸੱਚੇ ਪਾਤਸ਼ਾਹ ਦੇ ਸਿੱਖ ਸਵਾਲ ਬੜੇ ਮਹਿੰਗੇ ਕਰਦੇ ਸੀ, ਕਿਉਂਕਿ ਉਸ ਜਿਵੇਂ ਨਰਸਰੀ ਦਾ ਵਿਦਿਆਰਥੀ ਸਵਾਲ ਨਰਸਰੀ ਦੀ ਪੱਧਰ ਦਾ ਕਰੇਗਾ, ਐੱਮ ਏ ਦਾ ਵਿਦਿਆਰਥੀ ਐੱਮ ਏ ਦੀ ਪੱਧਰ ਦਾ ਸਵਾਲ ਕਰੇਗਾ, ਜਿਹੜੀ ਉਹਦੀ ਯੋਗਤਾ ਹੈ ਉਹਨਾਂ ਹੀ ਕਰੇਗਾ। ਉਹਨਾਂ ਸਿੱਖਾਂ ਦੀ ਯੋਗਤਾ ਸੀ ਅਧਿਆਤਮ ਵਾਲੇ ਪਾਸੇ, ਸਾਡੀ ਯੋਗਤਾ ਹੈ ਪਦਾਰਥਾਂ ਵਾਲੇ ਪਾਸੇ, ਮਾਫ਼ ਕਰ ਦੇਣਾ। ਅੱਜ ਸਾਡੀ ਬਾਹਰਮੁਖੀ ਬਿਰਤੀ ਹੈ। ਸਿੱਖਾਂ ਨੇ ਪੁੱਛਿਆ ਗਰੀਬ ਨਵਾਜ, ਕਹਿੰਦੇ ਉਹ ਮਾਇਆ ਝੂਠੀ ਹੈ, ਗੁਜ਼ਾਰਾ ਤੇਰੇ ਬਿਨਾਂ ਹੁੰਦਾ ਕੋਈ ਨਹੀਂ, ਜਿਹਦੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ ਉਹਨੂੰ ਝੂਠੀ ਕਿਉਂ ਕਹਿੰਦੇ ਹੋ, ਕਿਵੇਂ ਕਹਿੰਦੇ ਹੋ? ਮਹਾਰਾਜ ਗੁਰੂ ਨਾਨਕ ਸਾਹਿਬ ਕਹਿੰਦੇ ਸੁਣੋ, ਕਹਿੰਦੇ ਕੋਈ ਬੰਦਾ ਰਾਤ ਨੂੰ ਪਲੰਗ ਤੇ ਸੁੱਤਾ ਪਿਆ, ਪਲੰਗ ਤੇ ਸੁੱਤਾ ਆਰਾਮ ਨਾਲ, ਉਹਨੂੰ ਸੁਪਨਾ ਆ ਗਿਆ ਕਿ ਸਾਰੇ ਪਾਸੇ ਪਾਣੀ 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 ਪਾਣੀ,
ਫਲੱਡ ਆ ਗਏ ਨੇ, ਹੜ੍ਹ ਆ ਗਏ ਨੇ। ਸੁਪਨੇ ਵਿੱਚ ਉਹ ਬੰਦਾ ਉਸ ਪਾਣੀ 'ਚ ਘਿਰਿਆ, ਡੁੱਬ ਰਿਹਾ ਅਤੇ ਹੱਥ ਮਾਰ ਰਿਹਾ, ਬਚਾਓ ਬਚਾਓ ਬਚਾਓ। ਉਹਦੀ ਆਵਾਜ਼ ਸੁਣ ਕੇ ਕੋਈ ਮਲਾਹ ਬੇੜੀ ਲੈ ਕੇ ਕਿਸ਼ਤੀ ਲੈ ਕੇ ਆ ਗਿਆ। ਉਹਨੇ ਉਹਨੂੰ ਫੜ ਕੇ ਆਪਣੀ ਕਿਸ਼ਤੀ 'ਚ ਬਹਾ ਲਿਆ ਸੁਪਨੇ ਵਿੱਚ। ਫਿਰ ਉਹਨੇ ਉਹਨੂੰ ਉਸ ਪਾਣੀ 'ਚੋਂ ਕੱਢ ਕੇ ਬਾਹਰ ਕਿਤੇ ਸੁੱਕੀ ਥਾਂ 'ਤੇ ਅਪੜਾ ਦਿੱਤਾ। ਉਸ ਤੋਂ ਬਾਅਦ ਉਸ ਮਲਾਹ ਨੂੰ ਉਸ ਬੰਦੇ ਨੇ ਆਪਣੀ ਜੇਬ 'ਚੋਂ ਕੱਢ ਕੇ ਕੁਝ ਪੈਸੇ ਦਿੱਤੇ ਨੇ, ਭਾੜਾ ਦਿੱਤਾ, ਕਿਰਾਇਆ ਦਿੱਤਾ ਕਿ ਤੂੰ ਭਾਈ ਮੇਰੀ ਜਾਨ ਬਚਾ ਲਈ ਹੈ, ਆਹ ਲੈ 10 ਰੁਪਈਏ 20 ਰੁਪਈਏ ਆਹ ਟੈਕਸ ਅਤੇ ਕਪੜਾ ਕਿਰਾਇਆ ਕਰ। ਮਹਾਰਾਜ ਕਹਿੰਦੇ ਦੱਸੋ ਉਹ ਜਿਹੜਾ ਪਾਣੀ ਸੀ ਉਹ ਕੀ ਸੀ? ਸੁਪਨਾ। ਜਿਹੜਾ ਉਹ ਡੁੱਬ ਰਿਹਾ ਸੀ ਉਹ ਡੁੱਬਣਾ ਕਾਹਦਾ ਸੀ? ਉਹ ਵੀ ਸੁਪਨਾ, ਝੂਠਾ। ਜਿਹੜਾ ਉਹ ਮਲਾਹ ਆਇਆ ਉਹ ਕੀ ਸੀ? ਉਹ ਵੀ ਸੁਪਨਾ। ਜਿਹੜੀ ਉਹ ਬੇੜੀ ਲਾਇਆ ਉਹ ਵੀ ਸੁਪਨਾ। ਜਿਹੜਾ ਉਹਨੂੰ ਕੱਢਿਆ ਬਾਹਰ ਉਹਨੇ ਪਾਣੀ 'ਚੋਂ ਉਹ ਵੀ ਸੁਪਨਾ। ਅਤੇ ਜਿਹੜੇ ਪੈਸੇ ਦਿੱਤੇ ਨੇ ਉਹ ਸੱਚੇ ਕਿਵੇਂ ਹੋ ਗਏ? ਆਖੋ ਸਹੀ ਬਾਤ। ਮੇਰਾ ਖਿਆਲ ਦੁਬਾਰਾ ਦੱਸਣਾ ਪੈਣਾ, ਕਈਆਂ ਦਾ ਧਿਆਨ ਉਹਦਾ ਹੋ ਜਾਂਦਾ। ਮਹਾਰਾਜ ਕਹਿੰਦੇ ਵੀ ਜਿਹੜਾ ਕਿਸ਼ਤੀ ਦੇ ਵਿੱਚ ਉਹਨੂੰ ਬਿਠਾਉਣਾ ਹੈ, ਬਾਹਰ ਕੱਢਣਾ ਹੈ, ਬਚਾਉਣਾ ਹੈ, ਉਹ ਸਾਰਾ ਸੁਪਨਾ ਹੈ। ਉਹਦਾ ਡੁੱਬਣਾ ਵੀ ਸੁਪਨਾ, ਉਹਦਾ ਤਰਨਾ ਵੀ ਸੁਪਨਾ। ਅਤੇ ਜਿਹੜੇ ਪੈਸੇ ਦਿੱਤੇ ਨੇ, ਇਹਦੇ ਪੈਸੇ ਦਿੱਤੇ ਨੇ ਉਹ ਕੀ ਨੇ? ਫਿਰ ਉਹ ਸੱਚੇ ਨੇ, ਉਹ ਵੀ ਸੁਪਨੇ ਦੇ ਹੀ ਨੇ। ਦੁਨੀਆ ਦੀਆਂ ਸਾਰੀਆਂ ਸਮੱਸਿਆਵਾਂ ਜਿਹਨਾਂ 'ਤੇ ਅਸੀਂ ਕਹਿੰਦੇ ਹਾਂ ਵੀ ਜਿਹਨਾਂ ਸਰਦਾ ਨਹੀਂ, ਉਹ ਵੀ ਸੁਪਨਾ ਹੀ ਹੈ ਨਾ। ਮਾਇਆ ਝੂਠੀ ਹੈ, ਜਿਹੜੇ ਕੰਮਾਂ ਲਈ ਮਾਇਆ ਵਰਤਨੇ ਉਹ ਕੰਮ ਵੀ ਝੂਠੇ ਹੀ ਨੇ। ਸੁਪਨਾ ਦੇਖ ਰਹੇ ਹਾਂ, ਜਿਉਂ ਸੁਪਨਾ ਅਰ ਵੇਖਣਾ ਐਸੇ ਜਗ ਕੋ ਜਾਣ। ਇਹਨੂੰ ਸਮਝ ਲਓ, ਗੱਲ ਥੋੜ੍ਹਾ ਧਿਆਨ ਦੇ ਕੇ ਸਾਧਨਾ ਕਰਕੇ ਇਹ ਗੱਲ ਪੱਲੇ ਪੈਂਦੀ। ਮਹਾਰਾਜ ਕਹਿੰਦੇ ਝੂਠੇ ਮਾਨ ਕਾਂ ਕਰੈ ਜਗ ਸੁਪਨੇ ਜਿਉਂ ਜਾਣ। ਝੂਠੇ ਬੰਦੇ ਕਾਹਦਾ ਮਾਣ ਕਰਦਾ? ਜਗਤ ਨੂੰ ਸੁਪਨੇ ਦੀ ਤਰ੍ਹਾਂ ਜਾਣ ਲੈ। ਇਨ ਮੈਂ ਕਛ ਤੇਰੋ ਨਹੀਂ ਨਾਨਕ ਕਹਿਓ ਬਖਾਨ। ਇਹ ਜਿਹਨਾਂ ਨੂੰ ਤੂੰ ਕਹਿੰਦਾ ਇਹ ਮੇਰੇ ਹਨ, ਇਹ ਜੀ ਪਰਿਵਾਰ, ਮਾਂ ਪਿਓ, ਭੈਣ ਭਰਾ, ਧੀਆਂ ਪੁੱਤਰ ਪਤਨੀ ਮੇਰੇ ਹਨ, ਇਹ ਵੀ ਤੇਰੇ ਕੋਈ ਨਹੀਂ। ਇਹ ਪੂਰਵ ਜਨਮ ਕੇ ਮਿਲੇ ਸੰਜੋਗੀ, ਜਿੰਨਾ ਜਿੰਨਾ ਕਿਸੇ ਦਾ ਲੈਣ ਦੇਣ ਉਹ ਤੇਰੇ ਕੋਲ ਇਕੱਠੇ ਹੋਏ ਨੇ। ਕਿਸੇ ਨੇ 20 ਸਾਲ ਨਾਲ ਰਹਿਣਾ, ਕਿਸੇ ਨੇ 50 ਰਹਿਣਾ, ਕਿਸੇ ਨੇ 30 ਰਹਿਣਾ, ਕਿਸੇ ਨੇ 35 ਰਹਿਣਾ, ਕਿਸੇ ਨੇ 1 ਰਹਿਣਾ, ਕਿਸੇ ਨੇ 2 ਰਹਿਣਾ। ਉਹ ਜਿੰਨਾ ਚਿਰ ਸੰਜੋਗ ਹੈ ਉਹ ਲੈਣ ਦੇਣ ਕਰਕੇ ਆਪੋ ਆਪਣੇ ਰਾਹ ਪੈ ਜਾਂਦੇ। ਨਦੀ ਨਾਮ ਸੰਜੋਗੀ ਮੇਲੇ, ਕਿਸ਼ਤੀ 'ਚ ਬਹਿ ਕੇ 100-150 ਬੰਦਾ ਇਕੱਠਾ ਨਦੀ ਟੱਪਦਾ, ਉੱਥੇ ਸਾਰੇ ਇਕੱਠੇ ਹੁੰਦੇ, ਅੱਗੇ ਪਿੱਛੇ ਆਪੋ ਆਪਣੇ ਰਾਹ ਪੈ ਜਾਂਦੇ। ਇੱਥੇ ਆਪਾਂ ਸਾਰਿਆਂ ਦਾ ਟਾਈਮ ਹੈ, ਇੰਨੇ ਟਾਈਮ ਲਈ ਇਕੱਠੇ ਹੋਣਾ ਹੋਣਾ, ਵਿਛੜ ਗਏ ਵਿਛੜ ਗਏ। ਕਈ ਸਾਡੇ ਬਚਪਨ 'ਚ ਸਾਥੀ ਸੀ, ਅੱਜ ਸਾਨੂੰ ਭੁੱਲ ਹੀ ਗਏ। ਕਈ ਜਵਾਨੀ 'ਚ ਸਾਡੇ ਸਾਥੀ ਬਣੇ, ਬੁਢੇਪੇ 'ਚ ਵਿਛੜ ਗਏ। ਇਹ ਕੋਈ ਜ਼ਰੂਰੀ ਨਹੀਂ ਸਦਾ ਕੋਈ ਨਾਲ ਨਹੀਂ ਰਹਿੰਦਾ। ਸਪਾਹੀ ਇਹਨ ਮੈਂ ਕੁਛ ਤੇਰੋ ਨਹੀਂ, ਇਹਨਾਂ 'ਚ ਕੁਛ ਵੀ ਤੇਰਾ ਨਹੀਂ, ਮਕਾਨ ਤੇਰਾ ਕੋਈ ਨਹੀਂ। ਜਿੱਥੇ ਅੱਜ ਸਾਡਾ ਮਕਾਨ ਹੈ, ਇੱਥੇ 50 ਸਾਲ ਪਹਿਲਾਂ ਕੋਈ ਹੋਰ ਰਹਿੰਦਾ ਹੋਣਾ।
100 ਸਾਲ ਪਹਿਲਾਂ ਕੋਈ ਹੋਰ, ਜਿੱਥੇ ਜਿੱਥੇ ਸਾਡਾ ਹਲ ਵਗਦਾ ਖੇਤਾਂ 'ਚ, ਇਹਨਾਂ ਖੇਤਾਂ 'ਚ 100 ਸਾਲ ਪਹਿਲਾਂ ਪਤਾ ਨਹੀਂ ਕਿਹਦਾ ਹਲ ਵਗਦਾ ਸੀ, ਅਤੇ ਆਉਣ ਵਾਲੇ 150 ਸਾਲ ਨੂੰ ਪਤਾ ਨਹੀਂ ਕਿਹਦਾ ਹਲ ਵਗੇਗਾ। ਜਿੱਥੇ ਜਿਹੜੀ ਦੁਕਾਨ 'ਤੇ ਅਸੀਂ ਬਹਿ ਕੇ ਕੰਮ ਕਰ ਰਹੇ ਹਾਂ, ਕੋਈ ਸਾਲ ਬਾਅਦ ਪਤਾ ਨਹੀਂ ਕੌਣ ਕਰੇਗਾ। ਇੱਥੇ ਕੁਛ ਵੀ ਤੇਰਾ ਨਹੀਂ, ਨਾਨਕ ਕਹਿਓ ਬਖਾਨ। ਇਹ ਗੱਲ ਗੁਰੂ ਤੇਗ ਬਹਾਦਰ ਸਾਹਿਬ ਜੀ ਬਖਿਆਨ ਕਰਕੇ ਕਹਿੰਦੇ ਹਨ। ਗਰਭ ਕਰਤ ਹੈ ਦੇਹ ਕੋ ਬਿਨਸੈ ਛਿਨ ਮੈਂ ਮੀਤ। ਸਭ ਤੋਂ ਜ਼ਿਆਦਾ ਹੰਕਾਰ ਬੰਦਾ ਆਪਣੀ ਦੇਹ ਦਾ ਕਰਦਾ, ਮੈਂ ਬੜਾ ਸੋਹਣਾ, ਮੈਂ ਬੜਾ ਤਕੜਾ, ਮੈਂ ਸਾਰਿਆਂ ਤੋਂ ਬਲਵਾਨ ਹਾਂ, ਮੈਂ ਲੰਮਾ ਹਾਂ, ਮੈਂ ਮੋਟਾ ਹਾਂ, ਮੈਂ ਉੱਚਾ ਹਾਂ, ਮੈਂ ਸੋਹਣਾ ਹਾਂ। ਇੱਦਾਂ ਆਪਣੇ ਸਰੀਰ ਦਾ ਮਾਣ ਕਰਦਾ, ਸ਼ੀਸ਼ੇ ਸਾਹਮਣੇ ਆਪਣੇ ਸਰੀਰ ਨੂੰ ਹੀ ਦੇਖਦਾ ਰਹਿੰਦਾ। ਮਹਾਰਾਜ ਕਹਿੰਦੇ ਇਹ ਦੇਹ ਤਾਂ ਇੱਕ ਪਾਣੀ ਦੇ ਬੁਲਬਲੇ ਤੋਂ ਵੀ ਪਹਿਲਾਂ ਖਤਮ ਹੋ ਜਾਂਦੀ, ਬਿਨਸੈ ਛਿਨ ਮੈਂ ਮੀਤ। ਇਹ ਹੀ ਆਪਾਂ ਕਹਿੰਦੇ ਹਾਂ, ਉਹ ਸਾਮੀ ਮਿਲਿਆ ਸੀ ਮੈਨੂੰ, ਕਹਿੰਦੇ ਠੀਕ ਠਾਕ ਸੀ, ਹੁਣ ਕੀ ਹੋ ਗਿਆ, 2 ਮਿੰਟ ਪਹਿਲਾਂ ਠੀਕ ਸੀ ਕਹਿੰਦੇ, ਅਗਲੇ ਪਲ ਛਿਨ ਅੱਖ ਦੇ ਫਰਕਣ ਵਿੱਚ ਜਿਹੜੀ ਚੀਜ਼ ਬਿਲਸ ਜਾਣੀ ਹੈ ਉਹਦਾ ਕਾਹਦਾ ਹੰਕਾਰ ਕਰ। ਜੇ ਪ੍ਰਾਣੀ ਹਰ ਜਸ ਕਹਿਓ ਨਾਨਕ ਤੇਹ ਜਗ ਜੀ। ਜਿਸ ਪ੍ਰਾਣੀ ਨੇ ਵਾਹਿਗੁਰੂ ਦਾ ਹਰੀ ਦਾ ਜਸ ਕਿਹਾ ਹੈ, ਸਿਮਰਨ ਕੀਤਾ ਹੈ, ਮਹਾਰਾਜ ਕਹਿੰਦੇ ਸਮਝੋ ਉਹਨੇ ਆਪਣਾ ਜਗ ਇਸ ਸੰਸਾਰ 'ਤੇ ਆਉਣਾ ਸਫਲ ਕਰ ਲਿਆ, ਉਹਨੇ ਸੰਸਾਰ ਨੂੰ ਜਿੱਤ ਲਿਆ। ਇਹ ਸੰਸਾਰ ਕਿਸੇ ਤੋਂ ਨਹੀਂ ਜਿੱਤਿਆ ਗਿਆ, ਸੰਸਾਰ ਕਿਸੇ ਤੋਂ ਨਹੀਂ ਜਿੱਤਿਆ ਗਿਆ, ਗੁਰਮੁਖ ਜਿੱਤ ਜਾਂਦੇ ਹਨ। ਹਾਰ ਚੱਲੇ ਗੁਰਮੁਖ ਜਗ ਜੀਤਾ, ਪਹਿਲਾਂ ਹਾਰ ਜਾਂਦੇ ਨੇ ਕਹਿੰਦੇ ਅਸੀਂ ਹਾਰ ਗਏ, ਹਾਰ ਜਾਂਦੇ ਨੇ, ਦੁਨੀਆਂ ਵੀ ਕਹਿੰਦੀ ਇਹ ਤਾਂ ਹਾਰੇ ਹੋਏ ਨੇ, ਇਹ ਤਾਂ ਐਵੇਂ ਹੀ ਨੇ, ਇਹ ਤਾਂ ਵਿਚਾਰੇ ਸਿੱਧੜ ਜੇ ਨੇ, ਇਹਨਾਂ ਨੂੰ ਤਾਂ ਗੱਲ ਨਹੀਂ ਆਉਂਦੀ, ਇਹ ਭੋਲੇ ਬੰਦੇ ਨੇ, ਦੁਨੀਆਂ ਉਹਨਾਂ ਨੂੰ ਫਾਟੀ ਕਰ ਦਿੰਦੀ ਹੈ, ਪਿੱਛੇ ਕਰ ਦਿੰਦੀ। ਉਹ ਜਿਹੜੇ ਦੁਨੀਆਂ ਵੱਲੋਂ ਫਾਟੀ ਹੁੰਦੇ ਨੇ ਨਾ, ਪਰਮੇਸ਼ਰ ਉਹਨਾਂ ਨੂੰ ਅੱਗੇ ਕਰ ਲੈਂਦਾ, ਜਿੱਤ ਲੈਂਦੇ ਨੇ ਬਾਅਦ। ਇਹ ਗੱਲ ਭਾਈ ਗੁਰਦਾਸ ਜੀ ਉਹ ਲਿਖਦੇ ਨੇ, ਜਿਣ ਹਾਰੇ ਹਾਰੇ ਜਿਹਨਾਂ ਇਹ ਗੁਰਮੁਖ ਚੱਲ ਆ, ਜਿੱਤਣ ਵਾਲੇ ਹਾਰ ਜਾਂਦੇ ਨੇ। ਜਿਹੜੇ ਦੁਨੀਆਂ 'ਚ ਬੜੀਆਂ ਤਰੱਕੀਆਂ ਕਰ ਰਹੇ ਨੇ, ਆਹਾ ਹਾ ਮੈਂ ਜੀ ਐਡਾ ਵੱਡਾ ਬਣ ਗਿਆ, ਮੈਂ ਬਣ ਗਿਆ, ਮੈਂ ਉਹ ਬਣ ਗਿਆ, ਸਿਕੰਦਰ ਬਾਦਸ਼ਾਹ ਵਰਗੇ ਜਿੱਤਦੇ ਫਿਰੇ ਦੁਨੀਆਂ ਨੂੰ, ਅੰਦਰੋਂ ਹਾਰ ਕੇ ਚਲੇ ਗਏ, ਚਲੇ ਜੁਆਰੀ ਦੋਏ ਹੱਥ ਚਾਰ ਹੱਥ ਚਾੜ ਗਏ। ਜਿਹੜੇ ਜਿੱਤਦੇ ਨੇ ਉਹ ਹਾਰ ਜਾਂਦੇ ਨੇ, ਉਹ ਜਿਹੜੇ ਹਾਰਦੇ ਨੇ ਉਹ ਜਿੱਤ ਜਾਂਦੇ ਨੇ। ਤਰ ਡੁੱਬੈ ਡੁੱਬਾ ਤਰੈ ਪੀ ਪਿਰਮ ਪਿਆਲਾ। ਉਹ ਤਰਨ ਵਾਲੇ ਡੁੱਬ ਜਾਂਦੇ ਨੇ, ਡੁੱਬਣ ਵਾਲੇ ਤਰਦੇ ਨੇ। ਆਮ ਕਹਾਵਤ ਹੈ ਵੀ ਤਾਰੋ ਹੀ ਡੁੱਬਦੇ, ਜਿਹੜੇ ਵਿਚਾਰੇ ਨੇ ਨਦੀ 'ਚ ਵੜਨਾ ਹੀ ਨਹੀਂ ਉਹਨੇ ਕਿ ਡੁੱਬਣਾ, ਜਿਹੜਾ ਤਰੇਗਾ ਨਦੀ 'ਚ ਉਹ ਹੀ ਡੁੱਬੇਗਾ। ਅਤੇ ਡੁੱਬਾ ਤਰੈ, ਇਹ ਤੁਸੀਂ ਸਾਰੇ ਜਾਣਦੇ ਹੋ, ਜਿਹੜਾ ਬੰਦਾ ਡੁੱਬ ਜਾਂਦਾ ਤੀਸਰੇ ਦਿਨ ਡੈੱਡ ਬਾਡੀ ਉੱਪਰ ਤਰਨ ਲੱਗ ਜਾਂਦੀ ਹੈ, ਤੀਜੇ ਦਿਨ ਲਾਸ਼ ਉੱਤੇ ਤਰਨ ਲੱਗ ਜਾਂਦੀ, ਫਿਰ ਡੁੱਬਦਾ ਕੋਈ। ਇੱਦਾਂ ਗੁਰਮੁਖ ਸੰਸਾਰ ਵੱਲੋਂ ਡੁੱਬ ਕੇ ਥੱਲੇ ਚਲੇ ਜਾਂਦੇ, ਫਿਰ ਉੱਪਰ ਹੋ ਜਾਂਦੇ ਨੇ, ਜਿਹੜੇ ਉੱਪਰ ਹੁੰਦੇ ਨੇ ਉਹ ਥੱਲੇ ਚਲੇ ਜਾਂਦੇ। ਤਰ ਤਰ ਡੁੱਬੈ ਡੁੱਬਾ ਤਰੈ ਪੀ ਪਿਰਮ ਪਿਆਲਾ। ਜਿਣ ਹਾਰੈ ਹਾਰੈ ਜਿਣੈ ਇਹ ਗੁਰਮੁਖ ਚਾਲਾ। ਭਾਈ ਸਾਹਿਬ ਗੁਰਦਾਸ ਜੀ ਨੇ ਜਿਹੜੇ ਬਚਨ ਲਿਖੇ ਨੇ, ਇੱਥੇ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਨਾਨਕ ਤੇ ਜਗ ਜੀਤ, ਉਹਨੇ ਜਗ ਜਿੱਤ ਲਿਆ। ਜੇ ਘਟ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ। ਜਿਹਦੇ ਹਿਰਦੇ ਵਿੱਚ ਵਾਹਿਗੁਰੂ ਦਾ ਪਰਮੇਸ਼ਰ ਦਾ ਸਿਮਰਨ ਹੈ, ਉਹ ਸਮਝੋ ਮੁਕਤ ਹੈ, ਉਹ ਜਿਉਂਦੇ ਹੀ ਮੁਕਤ ਹੈ। ਤੇ ਨਰ ਹਰ ਅੰਤਰ ਨਹੀਂ ਨਾਨਕ ਸਾਚੀ ਮਾਂ। ਉਸ ਬੰਦੇ ਵਿੱਚ ਤੇ ਰੱਬ 'ਚ ਫਰਕ ਨਹੀਂ ਹੈ, ਇਹ ਗੱਲ ਸੱਚੀ ਜਾਣ ਲਓ। ਹਰ ਹਰ ਜਨ ਦੋਏ ਇੱਕ ਹੈ,
ਬਿਬ ਵਿਚਾਰ ਕਛ ਨਾ ਹੈ, ਸੰਤ ਭਗਤ ਪਰਮੇਸ਼ਰ ਦਾ ਹੀ ਰੂਪ ਹਨ। ਕਹੋ ਕਬੀਰ ਆਪ ਤੋਂ ਜਾਏ ਚੜ੍ਹੇ ਸਿੰਘਾਸਨ, ਮਿਲੇ ਹੈ ਸਾਰੇ ਬਾਣੀ ਰਾਮ ਕਬੀਰਾ ਏਕ ਪਏ ਹੈ, ਕੋਈ ਨਾ ਸਕੈ ਪਛਾਣ। ਇੱਦਾਂ ਪਰਮੇਸ਼ਰ ਦਾ ਹੀ ਰੂਪ ਹੈ, ਤੇ ਨਰ ਹਰ ਅੰਤਰ ਨਹੀਂ। ਅੰਤਰ ਦਾ ਸਮਝਦੇ ਹੋ ਫਰਕ, ਉਹਦੇ ਵਿੱਚ ਤੇ ਰੱਬ ਵਿੱਚ ਫਰਕ ਨਹੀਂ ਕੋਈ ਰਹਿੰਦਾ। ਤੇ ਨਰ ਹਰ ਅੰਤਰ ਨਹੀਂ, ਨਾਨਕ ਸਾਚੀ ਮਾਨ, ਇਹ ਗੱਲ ਸੱਚੀ ਮੰਨ ਲਓ। ਏਕ ਭਗਤ ਭਗਵਾਨ ਜਿਹ ਪ੍ਰਾਣੀ ਕਹਿ ਨਾ ਹੈ ਮਨ, ਜਿਸ ਬੰਦੇ ਦੇ ਮਨ 'ਚ ਉਸ ਪਰਮੇਸ਼ਰ ਦੀ ਭਗਤੀ ਨਹੀਂ ਹੈ। ਜੈਸੇ ਸੂਕਰ ਸੁਆਨ ਨਾਨਕ ਮਨ ਤਾਹੇ ਤਨ, ਉਹ ਬੰਦਾ ਨਹੀਂ, ਉਹ ਇੰਜ ਸਮਝ ਲਓ ਉਹਦਾ ਸਰੀਰ ਹੈ ਵੀ ਜਿਵੇਂ ਕੁੱਤਿਆਂ ਦਾ ਹੁੰਦਾ ਹੈ ਜਾਂ ਸੂਰਾਂ ਦਾ ਹੁੰਦਾ। ਜੈਸੇ ਸੂਕਰ, ਉਸ ਪਰਮੇਸ਼ਰ ਦੀ ਭਗਤੀ ਤੋਂ ਬਿਨਾਂ ਜਿੰਨਾ ਮਰਜ਼ੀ ਕੋਈ ਸੋਹਣਾ ਬਣਿਆ ਫਿਰੇ, ਸਾਧ ਸੰਗਤ ਜੀ ਜਿੰਨਾ ਮਰਜ਼ੀ ਕੋਈ ਤਾਕਤਵਰ ਬਣਿਆ ਫਿਰੇ, ਮਹਾਰਾਜ ਗੁਰੂ ਤੇਗ ਬਹਾਦਰ ਸਾਹਿਬ ਦੇ ਕਾਗਜ਼ਾਂ 'ਚ ਸੂਰ ਹੈ ਅਤੇ ਕੁੱਤਾ ਹੈ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ, ਉਹਦਾ ਸਰੀਰ ਇੱਦਾਂ ਦਾ ਮੰਨ ਲਓ। ਸਵਾਮੀ ਕੋ ਗ੍ਰਿਹੋ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ। ਸਿੱਖਾਂ ਨੇ ਫਿਰ ਪੁੱਛਿਆ ਭਾਈ ਮਤੀ ਦਾਸ ਜੀ ਨੇ, ਗਰੀਬ ਨਿਵਾਸ ਜੀ ਪਰਮੇਸ਼ਰ ਦੀ ਭਗਤੀ ਕਿਵੇਂ ਕਰੀਏ, ਕਿਸ ਤਰ੍ਹਾਂ ਵਾਹਿਗੁਰੂ ਮਿਲੇਗਾ? ਮਹਾਰਾਜ ਕਹਿੰਦੇ ਭਾਈ ਮਤੀ ਦਾਸ, ਜਿਵੇਂ ਕੁੱਤਾ ਆਪਣੇ ਮਾਲਕ ਦਾ ਬੂਹਾ ਨਹੀਂ ਛੱਡਦਾ। ਸਵਾਮੀ ਕੋ ਗ੍ਰਿਹੋ ਜਿਉਂ ਸਦਾ, ਸਵਾਨ ਤਜਤ ਨਹੀਂ ਨਿਤ, ਉਹਦੇ ਬੂਹੇ 'ਤੇ ਰਹਿੰਦਾ, ਭਾਵੇਂ ਉਹਨੂੰ ਡੰਡੇ ਵੀ ਪੈਂਦੇ ਹੋ ਫਿਰ ਉੱਥੇ ਆ ਜਾਂਦਾ। ਜਿਵੇਂ ਕੁੱਤਾ ਆਪਣੇ ਮਾਲਕ ਦਾ ਬੂਹਾ ਨਹੀਂ ਛੱਡਦਾ, ਨਾਨਕ ਇਹ ਬਿਦ ਹਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਪਰਮੇਸ਼ਰ ਦਾ ਭਜਨ ਇਸ ਤਰ੍ਹਾਂ ਕਰੋ, ਇੱਕ ਮਨ ਇੱਕ ਚਿੱਤ ਹੋ ਕੇ, ਭਾਵੇਂ ਧੱਕੇ ਮਾਰੇ ਭਾਵੇਂ ਧੀਰਗ ਦੇਵੇ, ਭਾਵੇਂ ਧੱਕੇ ਭਾਵੇਂ ਧੀਰਗ ਭਾਵੇਂ ਧੱਕੇ, ਇੱਕ ਵਡਾਈ ਦੇ। ਜੇ ਮਹਾਰਾਜ ਧੱਕਾ ਮਾਰੋਗੇ ਤਾਂ ਵੀ ਹੱਥ ਨਾਲ ਹੀ ਮਾਰੋਗੇ, ਜੇ ਧੀਰਜ ਦੇ ਕੇ ਬਿਠਾਓਗੇ ਤਾਂ ਵੀ ਹੱਥ ਨਾਲ ਹੀ। ਮੈਨੂੰ ਦੋਵੇਂ ਠੀਕ ਨੇ, ਧੱਕਾ ਵੀ ਮਾਰ ਦੇਵੇ ਗੁਰੂ, ਗਾਲਾਂ ਵੀ ਕੱਢ ਦੇਵੇ, ਛਿੱਤਰ ਵੀ ਮਾਰ ਦੇਵੇ ਤਾਂ ਵੀ। ਸਿੱਖ ਕਹਿੰਦਾ ਬੜੀ ਖੁਸ਼ੀ ਹੋਈ ਅੱਜ, ਬੜੀ ਬੜੀ ਕਿਰਪਾ ਕੀਤੀ ਜੇ, ਅੱਜ ਗੁਰੂ ਨੇ ਮੈਨੂੰ ਆਪਣਾ ਸਮਝ ਕੇ ਝਿੜਕਦਾ ਨਾ ਕੋਈ, ਜੇ ਆਪਣਾ ਸਮਝਿਆ ਤਾਂ ਹੀ ਮੈਨੂੰ ਝਿੜਕਾਂ ਦਿੱਤੀਆਂ। ਜੇ ਗੁਰੂ ਝਿੜਕੇ ਤਾਂ ਮਿੱਠਾ ਲੱਗੇ, ਜੇ ਗੁਰੂ ਨੇ ਝਿੜਕਿਆ ਤਾਂ ਉਹ ਚੰਗਾ ਲੱਗੇ, ਜੇ ਬਖਸ਼ੇ ਤਾਂ ਗੁਰ ਵਡਿਆਈ। ਜੇ ਗੁਰੂ ਬਖਸ਼ਾ ਕਰਦਾ ਸਰੋਪੇ ਦਿੰਦਾ ਤਾਂ ਗੁਰੂ ਦੀ ਵਡਿਆਈ ਹੈ, ਮੇਰੀ ਥੋੜ੍ਹਾ। ਨਾਨਕ ਇਹ ਵਿਧਾਰ ਭਜੋ, ਇੱਕ ਮਨ ਹੋਏ ਇੱਕ ਚਿੱਤ। ਇਸ ਤਰ੍ਹਾਂ ਪਰਮੇਸ਼ੁਰ ਦਾ ਭਜਨ ਕਰੀਏ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਇਹਨਾਂ ਪਾਵਨ ਸਲੋਕਾਂ ਵਿੱਚ ਸੰਸਾਰ ਨੂੰ ਸੁਪਨੇ ਨਿਆਈ ਦੱਸਦਿਆਂ ਹੋਇਆਂ ਪਰਮੇਸ਼ੁਰ ਦੀ ਭਗਤੀ ਕਰਨ ਦਾ ਸਾਨੂੰ ਉਪਦੇਸ਼ ਦਿੱਤਾ। ਗੁਰੂ ਸਾਹਿਬ ਕਿਰਪਾ ਕਰਨ, ਇਹ ਭਜਨ ਹਿਰਦੇ 'ਚ ਵਸਣ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਬਣ ਜਾਈਏ। ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।